ਤੇ ਇਹ ਸ਼ੂਟ ਤੇ ਗਏ ਸੀ, ਪਰਿੰਦੇ ਫਿਲਮ ਦਾ ਸ਼ੂਟ ਸੀ ਹਰਪ੍ਰੀਤ ਦਾ, ਤੇ ਮੈਂ ਵੈਸੇ ਇਹਨਾਂ ਨੂੰ ਵੀਡੀਓ ਜੀ ਪਾ ਕੇ ਭੇਜਤੀ। ਮੈਂ ਕਿਹਾ ਗੱਲ ਸੁਣ ਜੀ, ਆਪ ਤਾਂ ਤੂੰ ਫਿਲਮਾਂ 'ਤੇ ਜਾ ਵੜਦਾ ਸੀ, ਤੂੰ ਡੂੰਗ ਬਿੱਠ ਝਾਕੀ ਇੱਧਰ, ਸਾਡੀ ਕੋਈ ਜਿੱਦ ਗਈ ਹੈ, ਸਾਨੂੰ ਤਾਂ ਫਿਲਮਾਂ 'ਤੇ ਲੈ ਕੇ ਜਾ। ਜਿਹੜਾ ਮੈਨੂੰ ਸ਼ੌਂਕ ਸੀ ਉਹ ਗਾਉਣ ਦਾ ਹੁੰਦਾ ਸੀਗਾ। ਅੱਛਾ। ਮੈਂ ਗਾਉਂਦੀ ਹੁੰਦੀ ਸੀ ਤੇ ਮੈਂ ਮੈਨੂੰ ਫੋਕ ਬਹੁਤ ਪਸੰਦ ਸੀਗਾ, ਲੰਬੀਆਂ ਹੈਗਾ ਲੰਬੀਆਂ ਹੈਕਾਂ ਦੇ ਗੀਤ ਗਾਉਣੇ, ਤੇ ਮੈਂ ਉਹਦੇ ਵਿੱਚ ਫਸਟ ਰਨਰ ਅਪ ਵੀ ਰਹੀ ਹੈ ਨਾ, ਤੇ ਮੈਂ ਬਹੁਤ ਅੱਛਾ ਰਿਸਪੋਂਸ ਰਿਹਾ ਮੇਰਾ। ਫਿਰ ਇੱਕ ਦਿਨ ਮੇਰੀ ਜ਼ਿੰਦਗੀ ਦਾ ਪਹਿਲਾ ਨਾਟਕ, ਤੇ ਮੈਂ ਜਦੋਂ ਮੈਂ ਨਾਟਕ ਕੀਤਾ ਮੈਨੂੰ ਮੈਂ ਸੋਰੀ ਮੈਂ ਜਦੋਂ ਆਡੀਸ਼ਨ ਦਿੱਤਾ ਤਾਂ ਮੈਨੂੰ ਬਹੁਤ ਇੰਪ੍ਰੈਸ ਹੋਈ ਹੈ ਨਾ, ਜਿਹੜਾ ਉਹਦੇ ਨਾਲ ਮੁੰਡਾ ਮਿਊਜ਼ਿਕ ਕਰਦਾ ਸੀ ਚਮਕੌਰ, ਉਹ ਕਹਿੰਦਾ ਭਾਜੀ ਆਹ ਕੁੜੀ ਛੱਡਣੀ ਨਹੀਂ ਤੇ ਇਹਨੂੰ ਲੈ ਕੇ ਜਾਓ ਨਾਟਕ 'ਚ, ਕਿਵੇਂ ਨਾ ਕਿਵੇਂ ਕਰਕੇ ਇਹਨੂੰ ਫਿੱਟ ਕਰੋ ਨਾਟਕ 'ਚ, ਉਹ ਕਹਿੰਦੇ ਨਾ ਨਾਟਕ ਇਹਦੇ ਕਰਕੇ ਚੱਲਣਾ। ਆਪਣੇ ਘਰ 'ਚ ਮਾਹੌਲ ਆ ਹੈ ਨਾ, ਮੈਂ ਠੇਠ ਮਲਵੈਣ ਅਤੇ ਆਪਦੀ ਪਿੰਡਾਂ 'ਚ ਰਹੇ ਕਰਕੇ, ਇੱਕ ਨਾ ਮੈਨੂੰ ਸ਼ੁਰੂ ਤੋਂ ਆਸ ਸੀਗੀ ਕਿ ਮੈਂ ਅਬਜ਼ਰਵ ਬਹੁਤ ਕਰਦੀ ਹੁੰਦੀ ਸੀਗੀ ਜਿਹੜੀਆਂ ਘਰਾਂ ਦੀਆਂ ਲੇਡੀਜ਼ ਨਾ, ਮੈਂ ਉਹਨਾਂ ਨੂੰ ਚੁੱਪ ਕਰਕੇ ਸੁਣਦੀ ਹੁੰਦੀ ਸੀ ਵੀ ਇਹ ਕਿੱਦਾਂ ਦੇ ਜੈਸਚਰ ਪੋਸਚਰ ਕਰਦੀਆਂ, ਕਿਵੇਂ ਗੱਲ ਕਰਦੀਆਂ, ਕਿਵੇਂ ਕਿਵੇਂ ਗੱਲ ਸ਼ੁਰੂ ਕਰਦੀਆਂ, ਕਿਵੇਂ ਮਕਾਉਂਦੀਆਂ ਹਨਾ। ਪਰ ਮੈਨੂੰ ਪਤਾ ਨਹੀਂ ਸੀਗਾ ਕਿ ਵੀ ਟੈਕਨੀਕਲੀ ਥੀਏਟਰ ਇੱਦਾਂ ਹੁੰਦਾ, ਖੜਨਾ ਕਿਉਂਕਿ ਸਟੇਜ ਤੇ ਖੜਨ ਦਾ ਹਨਾ, ਕਿਸੇ ਟੈਕਨੀਕਲੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕਿਸੇ ਨੂੰ ਬਲੌਕ ਨਾ ਕਰੋ ਹਨਾ, ਇਹ ਚੀਜ਼ਾਂ ਇਹ ਫਿਰ ਮੈਂ ਸਿੱਖੀਆਂ। ਫਿਰ ਮੈਂ ਪੰਜਾਬੀ ਯੂਨੀਵਰਸਿਟੀ 'ਚ ਫਿਰ ਮੈਂ ਥੀਏਟਰ ਦੀ ਮਾਸਟਰ ਕੀਤੀ ਹੈ ਨਾ, ਥੀਏਟਰ ਐਂਡ ਟੀਵੀ ਡਿਪਾਰਟਮੈਂਟ ਤੋਂ। ਮੈਂ ਤੁਹਾਨੂੰ ਜਿਵੇਂ ਸ਼ੁਰੂ 'ਚ ਦੱਸਿਆ ਹੈ ਨਾ ਕਿ ਮੈਂ ਜਿਹੜੀਆਂ ਆਪਣੀਆਂ ਬੀਬੀਆਂ ਪਿੰਡਾਂ ਵਾਲੀਆਂ, ਮੈਂ ਉਹਨਾਂ ਨੂੰ ਚੁੱਪ ਚੁਪੀ ਤੇ ਸੁਣਦੀ ਹੁੰਦੀ ਸੀਗੀ, ਅਤਰੋ ਚਤਰੋ ਨਿਰਮ ਰਿਸ਼ੀ ਆ ਮੈਡਮ ਰੁਪਿੰਦਰ ਰੂਪੀ, ਇਹਨਾਂ ਨੂੰ ਬਹੁਤ ਦੇਖਿਆ ਮੈਂ। ਉਦੋਂ ਰੀੜੀ ਪੰਜਾਬੀ ਹੁੰਦਾ ਸੀ ਹੈ ਨਾ, ਤੇ ਮਤਲਬ ਇਹ ਐਂ ਲੱਗਦਾ ਹੁੰਦਾ ਸੀ ਵੀ ਯਾਰ ਇਹ ਸਾਡੀਆਂ ਬੀਬੀਆਂ ਨੂੰ ਕਿਵੇਂ ਬੋਲ ਲੈਂਦੀਆਂ ਨੇ, ਵੀ ਤੇ ਟੀਵੀ ਤੇ ਨੇ ਹਨਾ, ਵੀ ਕਿਵੇਂ ਇਹਨਾਂ ਨੂੰ ਬੋਲਣਾ ਆਉਂਦਾ ਗਾ ਹਨਾ। ਕੁਛ ਕੋਈ ਬੋਲ ਕੇ ਦਿਖਾਓ ਸਾਨੂੰ 2 ਮਿੰਟ ਦੀ ਕੋਈ। ਰਾਤ ਕੋੜੇ ਭਾਈ ਤੈਨੂੰ ਮੈਂ ਦੱਸਦੀ, ਰਾਤ ਭਾਈ ਉਹਨਾਂ ਦੀ ਬਹੂ ਦਾ ਆਉਂਦੇ ਸੀ ਜਨਮ ਦਿਨ, ਜਦੋਂ ਭਾਈ ਜਨਮ ਦਿਨ ਮਨਾਉਣ ਲੱਗੇ ਬਹੂ ਦੇ ਘੱਗਰੇ ਪਾਏ ਨੇ, ਘੱਗਰੇ ਪਾਈ ਤੇ ਉੱਤੇ ਟੋਪੀ ਲਈ ਜਿਹੜੀ ਬਾਂਦਰ ਟੋਪੀ ਜੀ ਲੈਂਦੇ ਜਵਾਕਾਂ ਦੇ ਅੱਜ ਕੱਲ੍ਹ ਜਨਮ ਦਿਨਾਂ ਦੇ ਹੁੰਦੀਆਂ, ਭੈਣੇ ਟੋਪੀ ਲੈ ਕੇ ਤੇ ਕੇਕ ਕੱਟੇ ਨੀ, ਹੇੜ ਹੇੜ ਕਰਕੇ ਹੱਸੇ, ਨਾ ਤਾਂ ਸਹੁਰੇ ਦੀ ਸ਼ਰਮ ਨਾ ਕਿਸੇ ਦੀ ਸ਼ਰਮ ਨੀ, ਘੱਗਰੇ ਪਾ ਕੇ ਕਾਲੇ ਰੰਗ ਦੀ ਉੱਤੇ ਇੱਕ ਹੋਰ ਲਾਇਆ ਵਾ ਨੀ ਸਿਰ ਤੇ ਜੂੜਾ ਜਾ, ਮੈਨੂੰ ਕਹਿੰਦੇ ਉਹ ਚਾਚੀ ਕੇ ਅੱਖਾ ਲਾ ਕੇ ਖਾ ਲਵਾ, ਮੈਂ ਤਾਂ ਡੂਹਾ ਨੀ ਮਾਰਦੀ ਤੁਹਾਡੇ ਕੇ, ਇੱਕ ਜਲਬ ਜੀ ਚੜੀ ਹੁੰਦੀ ਆ, ਮੈਂ ਤਾਂ ਜਮਾ ਨਾ ਸਵਾਦ ਲੱਗੇ, ਮੈਂ ਤਾਂ ਖਾ ਲਿਆ ਮੇਰੇ ਤੇ ਹਿੱਕ ਪੱਟੀ ਗਈ, ਮੈਨੂੰ ਤਾਂ ਇੰਨੀ ਖਾਂਗਾ ਜੀ ਇੰਨੀ ਖਾਂਗਾ ਜੀ, ਹਾਰ ਕੇ ਤੇਰੇ ਬਾਬੇ ਤੋਂ ਖਾਂਗਾ ਨਾ ਕਸਮ ਗਈਆਂ ਦਵਾਈਆਂ ਨੂੰ ਪਰ ਹੋਣਾ। ਸਤਿ ਸ਼੍ਰੀ ਅਕਾਲ, ਆਜ਼ਾਦ ਟੀ ਵੀ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਮੈਂ ਜੈਸਮੀਨ ਮੀਨੂ ਬਹੁਤ ਬਹੁਤ ਸਵਾਗਤ ਕਰਦੀ ਹਾਂ ਪ੍ਰੋਗਰਾਮ ਮੁਲਾਕਾਤ ਕੁਝ ਕਿਰਦਾਰ ਕੁਝ ਕਹਾਣੀਆਂ ਦੇ ਵਿੱਚ। ਦੋਸਤੋ, ਅੱਜ ਦੀ ਇਹ ਜਿਹੜੀ ਇੰਟਰਵਿਊ ਹੈ ਜਾਂ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਇਸ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਮਾਲਵੇ ਦੀਆਂ ਜਿਹੜੀਆਂ 2 ਮੁਟਿਆਰਾਂ ਤੁਹਾਡੇ ਰੂਬਰੂ ਹੋਣਗੀਆਂ। ਮੈਂ ਖੁਦ ਵੀ ਮਾਲਵੇ ਦੀਆਂ, ਮੁਕਤਸਰ ਸ਼ਹਿਰ ਦੀਆਂ, ਅਤੇ ਮੇਰੇ ਨਾਲ ਜਿਹੜੇ ਮਹਿਮਾਨ ਹੋਣਗੇ ਉਹ ਵੀ ਮੁਕਤਸਰ ਸ਼ਹਿਰ ਨਾਲ, ਮਾਲਵੇ ਸ਼ਹਿਰ ਦੇ ਨਾਲ ਰਿਲੇਟਡ ਨੇ। ਮਾਲਵੇ ਨੂੰ ਮੈਂ ਤਾਂ ਜ਼ਿਆਦਾ ਰੀਪ੍ਰਜੈਂਟ ਕਰ ਰਹੀ ਹਾਂ, ਤਾਂ ਜ਼ਿਆਦਾ ਫੋਕਸ ਕਰ ਰਹੀ ਹਾਂ ਕਿਉਂਕਿ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਜਦੋਂ ਵੀ ਤੁਸੀਂ ਦੇਖਦੇ ਹੋ, ਉਹਨਾਂ ਦੇ ਅਲੱਗ ਅਲੱਗ ਕਿਰਦਾਰ ਜਦੋਂ ਤੁਸੀਂ ਦੇਖਦੇ ਹੋ, ਤਾਂ ਮਾਲਵੇ ਦੀ ਜਿਹੜੀ ਠੇਠਤਾ, ਭਾਸ਼ਾ ਦੀ ਜਿਹੜੀ ਠੇਠਤਾ ਨਾ, ਉਹ ਉਹਨਾਂ ਦੇ ਕਿਰਦਾਰ 'ਚੋਂ ਝਲਕਦੀ ਆ, ਉਹਨਾਂ ਦੀ ਬੋਲੀ 'ਚੋਂ ਝਲਕਦੀ ਆ, ਅਤੇ ਬਹੁਤ ਸਾਰੇ ਲੋਕ ਉਹਨਾਂ ਦੀਆਂ ਵੀਡੀਓਜ਼ ਨੂੰ ਪਸੰਦ ਕਰਦੇ ਆ, ਸ਼ੇਅਰ ਕਰਦੇ ਆ। ਥੀਏਟਰ ਆਰਟਿਸਟ ਨੇ, ਕੋਮੇਡੀ ਆਰਟਿਸਟ ਨੇ, ਫਿਲਮ ਆਰਟਿਸਟ ਨੇ, ਬਹੁਤ ਅੱਛੇ ਅਦਾਕਾਰਾਂ ਨੇ। ਕੁਲਵਿੰਦਰ ਕੌਰ ਮੇਰੇ ਨਾਲ ਹਾਜ਼ਰ ਹੋਣਗੇ ਅਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ, ਸੰਘਰਸ਼ ਬਾਰੇ, ਉਹਨਾਂ ਦੀਆਂ ਵੀਡੀਓਜ਼ ਬਾਰੇ, ਸੋਸ਼ਲ ਮੀਡੀਆ ਦੇ ਸਫ਼ਰ ਬਾਰੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਬਹੁਤ ਵਧੀਆ। ਹੋਰ, ਤੁਹਾਡਾ ਧੰਨਵਾਦ ਕਿ ਤੁਸੀਂ ਹੈ ਨਾ ਚੱਲ ਕੇ ਇੱਥੇ ਆਏ। ਨਹੀਂ ਨਹੀਂ, ਆਪਣਾ ਟਾਈਮ ਵੀ ਵੈਸੇ ਆਪਾਂ ਇੰਨੇ ਸਮੇਂ ਤੋਂ ਜਾਣਦੇ ਸੀਗੇ, ਪਰ ਅੱਜ ਪਹਿਲੀ ਵਾਰ ਮਿਲਿਆ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਵੀ ਮਾਲਵੇ ਦੇ ਵਿੱਚ ਰਹਿ ਕੇ ਆਪਾਂ ਪਹਿਲੀ ਵਾਰ ਮਿਲੇ। ਅੱਜ ਬਹੁਤ ਵਧੀਆ ਹੋਇਆ ਕਿ ਆਪਾਂ ਮਿਲੇ ਹੈ ਨਾ,
ਤੇ ਆਪਣੀ ਫੋਨ ਦੀ ਗੱਲਬਾਤ ਹੋਈ ਸੀ ਪਰ ਆਪਾਂ ਫੇਸ ਟੂ ਫੇਸ ਅੱਜ ਮਿਲੇ ਆ ਤੇ ਬਹੁਤ ਵਧੀਆ ਲੱਗਿਆ ਤੇ ਤੁਹਾਡੇ ਚੈਨਲ ਆਜ਼ਾਦ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ आसे पासे हंडाए है जिवें शायद होर लोग जिहड़े अर्बन एरिया रहिंदे आ ओह उस चीज़ नूं उन्ने वधिया तरीके नाल ना महसूस कर सकन जिन्ना अपने आप नाल जदों आपां रिलेट करदे आ हना पिंड दे विच लेडीज़ किवें गल करदियां किवें किसे गल ते ਰਿਐਕਟ ਕਰਦੀਆਂ ਨਾ ਕਿਵੇਂ ਚੱਲਦਾ ਸੋਸ਼ਲ ਮੀਡੀਆ ਦਾ ਸਫ਼ਰ ਤੁਹਾਡਾ ਬਹੁਤ ਵਧੀਆ ਮੈਨੂੰ ਬਹੁਤ ਪਿਆਰ ਦੇ ਰਹੇ ਨੇ ਲੋਕ ਮੇਰਾ ਇਸ ਤੋਂ ਇਲਾਵਾ ਕੁਲਵਿੰਦਰ ਕੌਰ ਦੇ ਨਾਮ ਤੇ ਮੇਰਾ ਪੇਜ ਵੀ ਚੱਲਦਾ ਕੁਲਵਿੰਦਰ ਕੌਰ 09 ਇੰਸਟਾਗ੍ਰਾਮ ਆਈਡੀ ਤੇ ਉਹ ਤੇ ਮੈਨੂੰ ਬਹੁਤ ਪਿਆਰ ਦੇ ਰਹੇ ਨੇ ਮੇਰੇ ਹਸਬੈਂਡ ਹਰਪ੍ਰੀਤ ਜੱਜ ਜਿਨ੍ਹਾਂ ਨੇ ਮੈਂ ਅਕਸਰ ਵਿੱਚ ਭੱਟੀ ਸਾਹਿਬ ਕਹਿ ਕੇ ਬੁਲਾਉਂਦੀ ਹਾਂ ਤੇ ਉਹ ਆਪ ਅੱਛੇ ਬਹੁਤ ਆਰਟਿਸਟ ਨੇ ਬਹੁਤ ਅੱਛੇ ਆਰਟਿਸਟ ਨੇ ਉਹਨਾਂ ਨੇ ਗੁਰਸ਼ਰਨ ਭਾਜੀ ਨਾਲ ਬਹੁਤ ਲੰਬਾ ਸਮਾਂ ਐਜ਼ ਅ ਥੀਏਟਰ ਆਰਟਿਸਟ ਕੰਮ ਕੀਤਾ ਤੇ ਬਸ ਉਹਨਾਂ ਦੇ ਸਾਥ ਨਾਲ ਇੱਦਾਂ ਹੀ ਅਸੀਂ ਹੱਸੀ ਸਾਈ ਜਾਂਦੇ ਹਾਂ ਤੇ ਲੋਕਾਂ ਨੂੰ ਵੀ ਖੁਸ਼ ਰੱਖਦੇ ਹਾਂ ਚੰਗੀ ਗੱਲ ਹੈ ਵੀ ਅੱਛਾ ਇਹ ਜਿਹੜਾ ਸੋਸ਼ਲ ਮੀਡੀਆ ਦਾ ਸਫ਼ਰ ਤੁਸੀਂ ਸ਼ੁਰੂ ਕੀਤਾ ਇਹ ਤਾਂ ਹੁਣ ਮੈਨੂੰ ਲੱਗਦਾ ਥੋੜ੍ਹੇ ਜਿਹੇ ਸਮੇਂ ਤੋਂ ਸ਼ੁਰੂ ਕੀਤਾ ਆਪਾਂ ਸ਼ੁਰੂ ਤੋਂ ਗੱਲ ਕਰਦੇ ਨਾ ਪਟਿਆਲਾ ਯੂਨੀਵਰਸਿਟੀ 'ਚ ਮੇਰੇ ਧਿਆਨ 'ਚ ਆ ਵੀ ਤੁਸੀਂ ਉੱਥੋਂ ਥੀਏਟਰ ਦੀ MA ਕੀਤੀ ਹੈ ਤੁਸੀਂ ਹੈ ਨਾ ਉੱਥੋਂ ਤੋਂ ਲੈ ਕੇ ਉਸ ਤੋਂ ਬਾਅਦ ਤੁਹਾਡਾ ਵਿਆਹ ਹੁੰਦਾ ਜ਼ਿੰਦਗੀ ਦਾ ਜਿਹੜਾ ਜਿਵੇਂ ਦੇ ਕੋਈ ਤਰਾਅ ਚੜਾਅ ਆਉਂਦੇ ਆ ਉਹ ਮੈਂ ਚਾਹੁੰਦੀ ਵੀ ਥੋੜ੍ਹੇ ਜਿਹੇ ਸ਼ਬਦਾਂ 'ਚ ਤੁਸੀਂ ਸਾਨੂੰ ਦੱਸੋ ਵੀ ਕਿਵੇਂ ਦਾ ਚੱਲਦਾ ਹਾਂ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਿੰਡ ਭਦੌੜ ਸ਼ਹਿਰ ਭਦੌੜ ਕਸਬਾ ਭਦੌੜ ਤੋਂ ਹਾਂ ਮੈਂ ਅਤੇ ਭਦੌੜ ਬਾਰੇ ਤਾਂ ਹੁਣ ਸਾਰੇ ਜਾਣਦੇ ਕਿਉਂਕਿ ਉੱਥੋਂ ਦੇ ਬਹੁਤ ਮਸ਼ਹੂਰ ਫਨਕਾਰ ਅਤੇ ਉੱਥੋਂ ਦੇ ਬਹੁਤ ਅੱਛੇ ਆਰਟਿਸਟ ਹੋਏ ਨੇ ਕਿ ਜਿਹਨਾਂ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਦੱਸਣਾ ਜ਼ਰੂਰੀ ਹੈਗਾ ਜਿਹੜਾ ਮੇਰਾ ਜਨਮ ਆ ਮੈਨੂੰ ਉਹ ਗੁਰਬਖਸ਼ ਸਿੰਘ ਅਲਵੇਲਾ ਜੀ ਦੇ ਪਿੰਡ ਹਾਂਜੀ ਬੁਰਜ ਰਾਜਗੜ੍ਹ ਸਰਦਾਰਾਂ ਵਾਲਾ ਬੁਰਜ ਕਹਿੰਦੇ ਸੀ ਪਰ ਅੱਜ ਕੱਲ੍ਹ ਉਹਨੂੰ ਪਿੰਡ ਬੁਰਜ ਰਾਜਗੜ੍ਹ ਕਹਿੰਦੇ ਨੇ ਉੱਥੇ ਮੇਰਾ ਜਨਮ ਹੋਇਆ ਮੇਰੇ ਫਾਦਰ ਸਾਹਿਬ ਬਿਜਲੀ ਬੋਰਡ 'ਚ ਜੋਬ ਕਰਦੇ ਸੀਗੇ ਫਿਰ ਅਸੀਂ ਨਾਲ ਹੀ ਉੱਥੇ ਪਿੰਡ ਭਦੌੜ ਪੈਂਦਾ ਸੀ ਕਸਬਾ ਭਦੌੜ ਪੈਂਦਾ ਸੀਗਾ ਅਸੀਂ ਬਹੁਤ ਛੋਟੇ ਛੋਟੇ ਸੀਗੇ ਮੈਂ ਅਤੇ ਮੇਰਾ ਬ੍ਰਦਰ ਜਦੋਂ ਅਸੀਂ ਸ਼ਿਫਟ ਕਰ ਲਿਆ ਸੀਗਾ ਭਦੌੜ ਵਿਖੇ ਰਹੇ ਅਸੀਂ ਉੱਥੇ ਉੱਥੇ ਮੇਰਾ ਬਚਪਨ ਬੀਤਿਆ ਉੱਥੇ ਮੈਂ ਜਵਾਨ ਹੋਈ ਅਤੇ ਪਲੱਸ ਟੂ ਤੱਕ ਮੈਂ ਉੱਥੇ ਪੜ੍ਹੀ ਭਦੌੜ ਮੈਂ ਉਸ ਤੋਂ ਬਾਅਦ ਆਪਦੀ ਗ੍ਰੈਜੂਏਸ਼ਨ ਮੈਂ ਸੁਖਾਨੰਦ ਕਾਲਜ ਤੋਂ ਕੀਤੀ ਗ੍ਰੈਜੂਏਸ਼ਨ ਫਿਰ ਉਸ ਤੋਂ ਬਾਅਦ ਮੈਂ ਜਿਹੜਾ ਮੇਰਾ BEd ਸੀਗਾ ਜਿਹੜੀ ਮੈਂ BEd ਕੀਤੀ ਉਹ ਮੈਂ ਦੇਵ ਸਮਾਜ ਕਾਲਜ ਤੋਂ ਕੀਤੀ ਦੇਵ ਸਮਾਜ ਫਿਰੋਜ਼ਪੁਰ ਹਾਂਜੀ ਅੱਛਾ ਤੇ ਮੈਂ ਇਸ ਤੋਂ ਇਲਾਵਾ ਮਾਸਟਰ ਕੀਤਾ ਮਿਊਜ਼ਿਕ ਵੋਕਲ ਨਾਲ ਉਹ ਮੈਂ ਲੁਧਿਆਣਾ ਰਾਮਗੜੀਆ ਕਾਲਜ ਤੋਂ ਤੇ ਫਿਰ ਆ ਗਏ ਜ਼ਿੰਦਗੀ ਦੇ ਮੁੜ ਘੁੜ ਕੇ ਉੱਥੇ ਕਿ ਜਿੱਥੋਂ ਕੰਮ ਸ਼ੁਰੂ ਕੀਤਾ ਸੀ ਉੱਥੇ ਆ ਗਏ ਹਨਾ ਜਿਹੜੀ ਮੈਂ ਆਪਦੀ ਜਿਹੜਾ ਮੈਨੂੰ ਸ਼ੌਂਕ ਸੀ ਉਹ ਗਾਉਣ ਦਾ ਹੁੰਦਾ ਸੀਗਾ ਅੱਛਾ ਮੈਂ ਗਾਉਂਦੀ ਹੁੰਦੀ ਸੀਗੀ ਤੇ ਮੈਂ ਮੈਨੂੰ ਫੋਕ ਬਹੁਤ ਪਸੰਦ ਸੀਗਾ ਲੰਬੀਆਂ ਹੇਕਾਂ ਦੇ ਗੀਤ ਹਨਾ ਲੰਬੀਆਂ ਹੇਕਾਂ ਦੇ ਗੀਤ ਗਾਉਣੇ ਤੇ ਮੈਂ ਉਹਦੇ ਵਿੱਚ ਫਸਟ ਰਨਰ ਅਪ ਵੀ ਰਹੀ ਹਨਾ ਤੇ ਮੈਂ ਬਹੁਤ ਅੱਛਾ ਰਿਸਪੋਂਸ ਰਿਹਾ ਮੇਰਾ ਫਿਰ ਇੱਕ ਦਿਨ ਜਦੋਂ ਯੂਥ ਫੈਸਟੀਵਲ ਦੇ ਆਡੀਸ਼ਨ ਹੁੰਦੇ ਨੇ ਤਾਂ ਡਾਕਟਰ ਸੋਮਪਾਲ ਹੀਰਾ ਜੀ ਉੱਥੇ ਕਾਲਜ 'ਚ ਆਏ ਕਹਿੰਦੇ ਵੀ ਜੇ ਕਿਸੇ ਬੱਚੇ ਨੇ ਪਾਰਟੀਸਪੇਟ ਕਰਨਾ ਨਾ ਨਾਟਕ ਸਕਿੱਟ ਪਲੇਅ ਵਿੱਚ ਤਾਂ ਤੁਸੀਂ ਆ ਸਕਦੇ ਹੋ ਅਤੇ ਮੈਂ ਉੱਥੇ ਕਿਉਂਕਿ ਆਪਣੇ ਘਰ 'ਚ ਮਾਹੌਲ ਆ ਹੈ ਨਾ ਮੈਂ ਠੇਠ ਮਲਵੈਣ ਅਤੇ ਆਪਦੀ ਪਿੰਡਾਂ 'ਚ ਰਹੇ ਕਰਕੇ ਇੱਕ ਨਾ ਮੈਨੂੰ ਸ਼ੁਰੂ ਤੋਂ ਆਸ ਸੀਗੀ ਕਿ ਮੈਂ ਅਬਜ਼ਰਵ ਬਹੁਤ ਕਰਦੀ ਹੁੰਦੀ ਸੀਗੀ ਜਿਹੜੀਆਂ ਘਰਾਂ ਦੀਆਂ ਲੇਡੀਜ਼ ਨਾ ਮੈਂ ਉਹਨਾਂ ਨੂੰ ਚੁੱਪ ਕਰਕੇ ਸੁਣਦੀ ਹੁੰਦੀ ਸੀ ਵੀ ਇਹ ਕਿੱਦਾਂ ਦੇ ਜੈਸਚਰ ਪੋਸਚਰ ਕਰਦੀਆਂ ਕਿਵੇਂ ਗੱਲ ਕਰਦੀਆਂ ਕਿਵੇਂ ਗੱਲ ਸ਼ੁਰੂ ਕਰਦੀਆਂ ਕਿਵੇਂ ਮਕਾਉਂਦੀਆਂ ਹੈ ਨਾ ਇਹ ਚੀਜ਼ਾਂ ਪਤਾ ਨਹੀਂ ਮੈਂ ਸ਼ੁਰੂ ਮੈਨੂੰ ਨਹੀਂ ਪਤਾ ਮੈਂ ਕਿਉਂ ਉਹਨਾਂ ਨੂੰ ਸੁਣਦੀ ਸੀ ਅਨਕੌਨਸ਼ੀਅਸਲੀ ਆਪਣੇ ਅੰਦਰ ਹੁੰਦੀਆਂ ਚੀਜ਼ਾਂ ਹੁੰਦੀ ਉਹਨਾਂ ਨੂੰ ਸੁਣਦੀ ਹੁੰਦੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਮੈਂ ਵੱਡੀਆਂ ਬੀਬੀਆਂ ਬਜ਼ੁਰਗਾਂ ਕੋਲ ਬਹੁਤ ਵਧੀਆ ਹੁੰਦੀ ਸੀ ਅਤੇ ਉਹ ਚੀਜ਼ਾਂ ਆਟੋਮੈਟਿਕਲੀ ਆ ਗਈਆਂ ਮੇਰੇ 'ਚ ਹੈ ਨਾ ਫਿਰ ਚਲੋ ਮੈਂ ਆਡੀਸ਼ਨ ਦਿੱਤਾ ਤਾਂ ਮੈਂ ਉੱਥੇ ਇੱਕ ਸੱਸ ਦਾ ਕਰੈਕਟਰ ਸੀਗਾ ਡਾਕਟਰ ਸਰਬਜੀਤ ਔਲਖ ਦਾ ਨਾਟਕ ਸੀਗਾ ਰੇਤ ਦੀਆਂ ਕੰਧਾਂ ਹੈ ਨਾ ਮੇਰੀ ਜ਼ਿੰਦਗੀ ਦਾ ਪਹਿਲਾ ਨਾਟਕ ਅਤੇ ਮੈਂ ਜਦੋਂ ਮੈਂ ਨਾਟਕ ਕੀਤਾ ਮੈਨੂੰ ਮੈਂ ਜਦੋਂ ਆਡੀਸ਼ਨ ਦਿੱਤਾ ਤਾਂ ਮੈਨੂੰ ਉਹ ਬਹੁਤ ਇੰਪ੍ਰੈਸ ਹੋਏ ਹੈ ਨਾ ਜਿਹੜਾ ਉਹਨਾਂ ਨਾਲ ਮੁੰਡਾ ਮਿਊਜ਼ਿਕ ਕਰਦਾ ਸੀ ਚਮਕੌਰ ਉਹ ਕਹਿੰਦਾ ਭਾਅ ਜੀ ਆਹ ਕੁੜੀ ਛੱਡਣੀ ਨਹੀਂ ਅਤੇ ਇਹਨੂੰ ਲੈ ਕੇ ਜਾਓ ਨਾਟਕ 'ਚ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਫਿੱਟ ਕਰੋ ਨਾਟਕ 'ਚ ਉਹ ਕਹਿੰਦੇ ਨਾਟਕ ਇਹਦੇ ਕਰਕੇ ਚੱਲਣਾ ਹੈ ਨਾ ਅਤੇ ਮੇਰੇ ਨਾਲ ਬਹੁਤ ਅੱਛੇ ਆਰਟਿਸਟ ਸੀਗੇ ਕੁੜੀਆਂ ਦਾ ਸਾਰੀਆਂ ਕੁੜੀਆਂ ਹੀ ਮੁੰਡੇ ਬਣੀਆਂ ਹੈ ਨਾ ਕਿਉਂਕਿ ਗਰਲਸ ਕਾਲਜ ਸੀਗਾ ਅਤੇ ਬਹੁਤ ਅੱਛਾ ਪਲੇਅ ਹੋਇਆ ਹੈ ਨਾ ਅਤੇ ਮੈਂ ਕੀ ਕਹਿੰਦੇ ਹੁੰਦੇ ਆ
ਭਗਵੰਤ ਮਾਨ ਦੀ ਸਕਿੱਟਾਂ ਹਨਾ ਜੁਗਨੂ ਮਸਤ ਮਸਤ ਉਦੋਂ ਟੀਚਰ ਮਾਸਟਰ ਬਣ ਕੇ ਬੱਚੇ ਬਣ ਕੇ ਮੈਂ ਕੁਛ ਨਾ ਕੁਛ ਕ੍ਰੀਏਟ ਕਰਦੀ ਹੁੰਦੀ ਸੀ ਨਾ ਪਰ ਮੈਨੂੰ ਪਤਾ ਨੀ ਸੀਗਾ ਕਿ ਵੀ ਟੈਕਨੀਕਲੀ ਥੀਏਟਰ ਇੱਦਾਂ ਹੁੰਦਾ ਖੜਨਾ ਕਿਉਂਕਿ ਸਟੇਜ ਤੇ ਖੜਨ ਦਾ ਹਨਾ ਕਿਸੇ ਟੈਕਨੀਕਲੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕਿਸੇ ਨੂੰ ਬਲੌਕ ਨਾ ਕਰੋ ਹਨਾ ਇਹ ਚੀਜ਼ਾਂ ਇਹ ਫਿਰ ਮੈਂ ਸਿੱਖੀਆਂ ਫਿਰ ਮੈਂ ਪੰਜਾਬੀ ਯੂਨੀਵਰਸਿਟੀ 'ਚ ਫਿਰ ਮੈਂ ਥੀਏਟਰ ਦੀ ਮਾਸਟਰ ਕੀਤੀ ਹੈ ਨਾ ਥੀਏਟਰ ਐਂਡ ਟੀ ਵੀ ਡਿਪਾਰਟਮੈਂਟ ਤੋਂ ਅਤੇ ਬਸ ਫਿਰ ਇਹ ਇੱਦਾਂ ਹੀ ਚੱਲਦਾ ਗਿਆ ਹਾਂ ਮੇਰਾ ਮਿਊਜ਼ਿਕ ਪਿੱਛੇ ਰਹਿ ਗਿਆ ਪਰ ਮੇਰੀ ਐਕਟਿੰਗ ਅੱਗੇ ਮਿਊਜ਼ਿਕ ਹੁਣ ਵੀ ਹੈਗਾ ਸ਼ੌਂਕ ਗਾਉਣਾ ਕਰਦੀ ਹਾਂ ਮੈਂ ਗਾਉਣੀ ਹੁੰਦੀ ਹਾਂ ਮੈਂ ਕੋਸ਼ਿਸ਼ ਕਰੂੰਗੀ ਵੀ ਕਿ ਇੱਕ ਅੱਧਾ ਗਾਣਾ ਵੀ ਗਾਇਆ ਜਾਵੇ ਵਾਹ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਪਟਿਆਲੇ ਦੇ ਵਿੱਚ ਐਮਏ ਥੀਏਟਰ ਕਰਦੇ ਹੋ ਫਿਰ ਜਿਹੜਾ ਤੁਹਾਡਾ ਮੈਰਿਜ ਵਾਲਾ ਮੈਂ ਤੁਹਾਡੀ ਇੱਕ ਇੰਟਰਵਿਊ ਸੁਣੀ ਸੀ ਤਾਂ ਉਹਦੇ ਵਿੱਚ ਮੈਰਿਜ ਦਾ ਵੀ ਥੋੜ੍ਹਾ ਜਿਹਾ ਜਿਵੇਂ ਉਹ ਹੋਇਆ ਵੀ ਕਿਵੇਂ ਸੰਯੋਗ ਬਣੇ ਕਿਸ ਪਰਸਨ ਨਾਲ ਬਣੇ ਉਹ ਵੀ ਇੱਕ ਛੋਟੀ ਜਿਹੀ ਕਹਾਣੀ ਆ ਉਹ ਵੀ ਮੈਂ ਚਾਹੁੰਦੀ ਹਾਂ ਤੁਸੀਂ ਸਾਂਝੀ ਕਰੋ ਉਸ ਤੋਂ ਪਹਿਲਾਂ ਨਾ ਮੈਨੂੰ ਆਪਾਂ ਇੱਕ ਗੱਲ ਕਰ ਲਈਏ ਜ਼ਿੰਦਗੀ ਦੇ ਉਹ ਪਲਾਂ ਬਾਰੇ ਹੈ ਨਾ ਜਦੋਂ ਤੁਸੀਂ ਬਿਲਕੁਲ ਇਕੱਲੇ ਰਹਿ ਜਾਂਦੇ ਹੋ ਨਾ ਦੇਖੋ ਸਾਰਾ ਪੰਜਾਬ ਅੱਜ ਇਸ ਹਾਲਾਤਾਂ ਵਿੱਚ ਉਲਝਿਆ ਹੋਇਆ ਹੈਗਾ ਹੈ ਨਾ ਪੰਜਾਬ 'ਤੇ ਇੱਕ ਮੈਂ ਕਹਿੰਦੀ ਹੁੰਦੀ ਹਾਂ ਮੈਂ ਅਕਸਰ ਆਪਦੀ ਪੋਸਟਾਂ 'ਚ ਮੈਂ ਲਿਖਦੀ ਹੁੰਦੀ ਹਾਂ ਕਿ ਬੱਲੇ ਪੰਜਾਬ ਸਿਆਂ ਤੂੰ ਧੰਨ ਹੈ ਨਾ ਸ਼ਹੀਦੀਆਂ ਉਜਾੜਾ ਨਸ਼ਾ ਹੈ ਨਾ ਇਹ ਸਭ ਕੁਛ ਤੇਰੇ ਹੀ ਸਿਆ ਹੈ ਨਾ ਅਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਮੇਰੇ ਫਾਦਰ ਸਾਹਿਬ ਜੋਬ ਕਰਦੇ ਸੀਗੇ ਅੱਛੇ ਮਤਲਬ ਸਰਕਾਰੀ ਮੁਲਾਜ਼ਮ ਸੀਗੇ ਘਰ 'ਚ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਸੀਗਾ ਪਰ ਫਾਦਰ ਸਾਹਿਬ ਜਿਵੇਂ ਆਮ ਆਪਣੇ ਪੰਜਾਬੀ ਬੰਦੇ ਨਸ਼ਾ ਕਰਦੇ ਆ ਸ਼ਰਾਬ ਤਾਂ ਆਪਣੇ ਆਪਾਂ ਤਾਂ ਨਸ਼ਾ ਮੰਨਦੇ ਨਹੀਂ ਹੈ ਨਾ ਮੇਰੇ ਫਾਦਰ ਸਾਹਿਬ ਦਾ ਅੱਛਾ ਸੀਗਾ ਹੈ ਨਾ ਉਹ ਚੰਗੇ ਮੁਲਾਜ਼ਮ ਵਧੀਆ ਉਹਨਾਂ ਦੀ ਟੌਰ ਸੀ ਠੁੱਕ ਸੀਗੀ ਆਪਦੇ ਇਲਾਕੇ 'ਚ ਹੈ ਨਾ ਪਰ ਉਹ ਇੰਨੇ ਕੁ ਨਸ਼ੇ ਦੇ ਆਦੀ ਹੋ ਚੁੱਕੇ ਸੀ ਸ਼ਰਾਬ ਪੀਂਦੇ ਤਾਂ ਸ਼ਰਾਬ ਹੀ ਸੀਗੇ ਹੈ ਨਾ ਇਸ ਤੋਂ ਇਲਾਵਾ ਕੋਈ ਨਸ਼ਾ ਨਹੀਂ ਕਰਦੇ ਸੀਗੇ ਤੇ ਇਸੇ ਨਸ਼ੇ ਦੇ ਚੱਕਰ 'ਚ ਉਹਨਾਂ ਨੂੰ ਅਚਾਨਕ ਕੈਂਸਰ ਹੋ ਗਿਆ ਹੈ ਨਾ ਕੈਂਸਰ ਉਹਨਾਂ ਨੂੰ 48 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਉਹਨਾਂ ਨੂੰ ਕੈਂਸਰ ਹੋ ਗਿਆ ਅਤੇ ਮੈਂ ਗ੍ਰੈਜੂਏਸ਼ਨ ਆਪਦੀ ਕਰ ਰਹੀ ਸੀ ਮੇਰਾ ਸੈਕਿੰਡ ਈਅਰ ਸੀਗਾ ਅਤੇ ਚਲੋ ਇਹ ਫੇਜ਼ ਵੀ ਨਿਕਲਿਆ ਹੈ ਨਾ ਲਾਈਫ ਦਾ ਇੱਕ ਵੀ ਜਦੋਂ ਮੈਨੂੰ ਲੱਗਦਾ ਧੀਆਂ ਨੂੰ ਇੱਕ ਪਿਓ ਦੀ ਬਹੁਤ ਲੋੜ ਹੁੰਦੀ ਹੈ ਬਹੁਤ ਲੋੜ ਵੀ ਹੁੰਦੀ ਸਾਰੀ ਉਮਰ ਕਦਰ ਵੀ ਮਿਲਦਾ ਧੀਆਂ ਜ਼ਿਆਦਾ ਕਰਦੀਆਂ ਅਤੇ ਮੈਨੂੰ ਚਲੋ ਉਹ ਸਮਾਂ ਜਿਹਾ ਵੀ ਨਿਕਲ ਗਿਆ ਹੈ ਨਾ ਫਿਰ ਮੇਰਾ ਅਸੀਂ ਦੋ ਹੀ ਭੈਣ ਭਰਾ ਸੀਗੇ ਹੈ ਨਾ ਮੇਰਾ ਬ੍ਰਦਰ ਸੀ ਮੇਰੇ ਤੋਂ ਸਾਲ ਡੇਢ ਸਾਲ ਛੋਟਾ ਅਤੇ ਫਿਰ ਇਹ ਨਾ ਵੀ ਆਇਆ ਸਮਾਂ ਕਿ ਜਦੋਂ ਮੇਰਾ ਬ੍ਰਦਰ ਵੀ ਹੈ ਨਾ ਅਡਿਕਟਡ ਹੋ ਗਿਆ ਅੱਛਾ ਨਸ਼ੇ 'ਤੇ ਉਹ ਵੀ ਨਸ਼ੇ ਦਾ ਆਦੀ ਹੋ ਗਿਆ ਹੈ ਨਾ ਅਤੇ ਫਿਰ ਹੁਣ ਕੁਛ ਨਹੀਂ ਕਰ ਸਕਦੇ ਸੀਗੇ ਸਾਰਾ ਕੁਛ ਸਿਰ ਤੋਂ ਵੀ ਲੰਘ ਗਿਆ ਸੀਗਾ ਹੈ ਨਾ ਅਤੇ ਪਰ ਅਸੀਂ ਵੀ ਬਹੁਤ ਕੋਸ਼ਿਸ਼ ਕੀਤੀ ਅਸੀਂ ਮੇਰੇ ਮਦਰ ਉਹਨੂੰ ਬਠਿੰਡੇ ਤੋਂ ਅਸੀਂ ਉਹਦਾ ਇਲਾਜ ਵੀ ਕਰਾਇਆ ਉਹਦੀ ਕਾਉਂਸਲਿੰਗ ਉਹਦੀ ਬਕਾਇਦਾ ਕਾਉਂਸਲਿੰਗ ਵੀ ਹੋਈ ਅੱਛੇ ਡਾਕਟਰ ਨੂੰ ਵੀ ਮਿਲੇ ਹੈ ਨਾ ਸਾਰਾ ਕੁਛ ਹੋਇਆ ਅਤੇ ਉਹ ਥੋੜ੍ਹਾ ਥੋੜ੍ਹਾ ਠੀਕ ਵੀ ਹੋ ਗਿਆ ਸੀਗਾ ਹੈ ਨਾ ਪਰ ਜਦੋਂ ਪਰਮਾਤਮਾ ਨੇ ਜਿੱਥੇ ਨੂੰ ਰੱਖਣਾ ਉਹਨੇ ਉੱਥੇ ਹੀ ਰੱਖਣਾ ਹੈ ਨਾ ਤੁਸੀਂ ਜਿੰਨਾ ਮਰਜ਼ੀ ਭੱਜ ਲਓ ਹੈ ਨਾ ਜਿਹੜਾ ਤੁਹਾਡੇ ਜ਼ਿੰਦਗੀ 'ਚ ਕੋਈ ਵਿਰਾਗ ਵਿਛੋੜਾ ਉਹ ਤੁਹਾਡਾ ਪੈ ਕੇ ਹੀ ਰਹਿਣਾ ਹੈ ਨਾ ਫਿਰ ਮੇਰੇ ਬ੍ਰਦਰ ਦੀ 22 ਸਾਲ ਦੀ ਉਮਰ ਸੀਗੀ ਅਤੇ ਉਹਦੀ ਇੱਥੇ ਮੇਰੇ ਨਾਨਕੇ ਘਰ ਹੀ ਇੱਥੇ ਸੀਗੀ ਅਸੀਂ ਉਦੋਂ ਕਿਉਂਕਿ ਫਾਦਰ ਸਾਹਿਬ 3 ਸਾਲ ਹੋਏ ਸੀ ਡੈਥ ਹੋਈ ਨੇ ਉਹਦੀ ਨੂੰ ਅਤੇ ਜ਼ਿੰਦਗੀ ਇੱਕਦਮ ਘੁੰਮਣ ਘੇਰੀ 'ਚ ਪੈ ਗਈ ਹੈ ਨਾ ਮੇਰੇ ਨਾਨਕਿਆਂ ਨੂੰ ਇਹ ਲੱਗਿਆ ਕਿ ਵੀ ਨਹੀਂ ਅਸੀਂ ਇਕੱਲੇ ਰਹਿ ਗਏ ਹੈ ਨਾ ਕਿਉਂਕਿ ਮੇਰੇ ਦਾਦਕਿਆਂ ਦੀ ਫੈਮਿਲੀ ਵੀ ਛੋਟੀ ਆ ਸਾਰੇ ਹੀ ਅਸੀਂ ਮੁਲਾਜ਼ਮ ਮੇਰੇ ਚਾਚਾ ਜੀ ਮੁਲਾਜ਼ਮ ਸਾਰੇ ਅਲੱਗ ਅਲੱਗ ਜੋਬ ਕਰਦੇ ਸੀਗੇ ਕੋਈ ਹੈ ਨਹੀਂ ਸੀ ਵੀ ਕੋਈ ਸਾਨੂੰ ਪਰਸਨਲੀ ਦੇਖ ਲੂਗਾ ਇੱਕ ਮੇਰੇ ਬ੍ਰਦਰ ਕਰਕੇ ਥੋੜ੍ਹਾ ਹੋ ਜਾਂਦਾ ਨਾ ਹਾਂਜੀ ਕਿਉਂਕਿ ਮੇਰੇ ਨਾਨਕਿਆਂ ਦੀ ਫੈਮਿਲੀ ਬਹੁਤ ਵੱਡੀ ਹੈ ਇੱਥੇ ਕੇਅਰ ਕਰਨ ਵਾਲੇ ਬਹੁਤ ਸਾਰੇ ਸੀਗੇ ਸਾਡੀ ਫਿਕਰ ਕਰਨ ਵਾਲੇ ਬਹੁਤ ਸਾਰੇ ਸੀਗੇ ਫਿਰ ਅਸੀਂ ਇੱਥੇ ਆ ਗਏ ਹੈ ਨਾ ਮੇਰੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਅਤੇ ਚਲੋ ਅਸੀਂ ਇਲਾਜ ਕਰਵਾਇਆ ਉਹਦੀ ਕਾਉਂਸਲਿੰਗ ਹੋਈ ਸਭ ਕੁਛ ਹੋਇਆ ਅਤੇ ਉਹ ਚਲੋ ਵਾਪਸ ਵੀ ਆ ਗਿਆ ਉਹਨੂੰ ਵੀ ਸਮਝ ਲੱਗ ਗਈ ਵੀ ਅਸੀਂ ਬਹੁਤ ਕੁਛ ਗਵਾ ਲਿਆ ਤੇ ਮੈਂ ਕੁਛ ਹੋਰ ਨਾ ਗਵਾ ਲਾ ਹਨਾ ਕਿਉਂਕਿ ਇਹਨਾਂ ਚੀਜ਼ਾਂ 'ਚ ਤੁਹਾਡੀ ਪ੍ਰੋਪਰਟੀ ਵੀ ਜਾਂਦੀ ਹੈ ਤੁਸੀਂ ਮਤਲਬ ਹੋ ਜਾਂਦੇ ਵੀਕ ਹੁੰਦੇ ਹੋ ਅਤੇ ਚਲੋ ਫਿਰ ਪਰ ਨਹੀਂ ਪਰਮਾਤਮਾ ਨੇ ਸ਼ਾਇਦ ਨਹੀਂ ਉਹਨੂੰ ਮਨਜ਼ੂਰ ਸੀਗਾ ਤਾਂ ਉਹਦੀ 22 ਸਾਲ ਦੀ ਉਮਰ 'ਚ ਉਹਦੀ ਡੈਥ ਹੋ ਗਈ ਸੀਗੀ ਅੱਛਾ ਫਿਰ ਜਦੋਂ ਇਹ ਸਾਰਾ ਕੁਛ ਹੋਇਆ ਹੈ ਨਾ ਤਾਂ ਅਸੀਂ ਹੌਂਸਲਾ ਨਹੀਂ ਤੋੜਿਆ ਹੈਗਾ ਨਾ ਮੇਰੀ ਮਦਰ ਨੇ ਨਾ ਹੀ ਮੈਂ ਹੈ ਨਾ ਅਸੀਂ ਇਸ ਚੀਜ਼ ਨੂੰ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਜ਼ਿੰਦਗੀ ਜ਼ਿੰਦਾਬਾਦ ਆ ਹਨਾ ਜ਼ਿੰਦਗੀ ਜ਼ਿੰਦਾਬਾਦ ਤਾਂ ਹੀ ਆ ਜੇ ਤੁਸੀਂ ਉਹਨੂੰ ਜ਼ਿੰਦਾ ਦਿਲੀ ਨਾਲ ਜਿਉਂਦੇ ਹੋ ਤੇ ਇਹ ਮੈਂ ਇੱਥੇ ਤਾਂ ਦੱਸ ਰਹੀ ਹਾਂ ਹਨਾ ਕਿ ਅਸੀਂ ਜੇ ਅੱਜ ਅਸੀਂ ਹੱਸਦੇ ਹਾਂ ਹਸਾਉਂਦੇ ਹਾਂ ਤਾਂ ਇਹਨਾਂ ਹਾਸਿਆਂ ਪਿੱਛੇ ਥੋੜ੍ਹੇ ਬਹੁਤੇ ਦੁੱਖ ਨੇ
ਅਤੇ ਮੈਂ ਆਪਣੇ ਦਰਸ਼ਕਾਂ ਨਾਲ ਤਾਂ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਲੋਕ ਮੈਨੂੰ ਪਰਸਨਲੀ ਜਾਣਦੇ ਨੇ, ਹੈ ਨਾ, ਅਤੇ ਫਿਰ ਉਹ ਚੰਗਾ ਲੱਗਦਾ ਜਦੋਂ ਤੁਸੀਂ ਆਪਦੀ ਕੋਈ ਗੱਲ ਕਰਦੇ ਹੋ ਤਾਂ ਬਹੁਤ ਸਾਰੇ ਲੋਕ ਜਿਹੜੇ ਨਹੀਂ ਵੀ ਜਾਣਦੇ, ਮੈਨੂੰ ਲੱਗਦਾ ਉਹ ਵੀ ਤੁਹਾਡੀ ਕਹਾਣੀ ਤੋਂ ਜੇ ਚਾਰ ਬੰਦੇ ਕੋਈ ਮੋਟੀਵੇਸ਼ਨ ਲੈਣ ਜਾਂ ਆਪਦੇ ਦੁੱਖ ਤੋਂ ਬਾਹਰ ਆਉਣ ਤਾਂ ਉਹ ਵੀ ਆਪਣੇ ਲਈ ਸਫਲਤਾ ਵਾਲੀ ਗੱਲ ਹੀ ਹੁੰਦੀ ਹੈ ਕਿ ਹਾਂ ਮੈਂ ਚਾਹੁੰਦੀ ਹੁੰਦੀ ਹਾਂ। ਦੇਖੋ ਇਹ ਹਰੇਕ ਘਰ ਦੀ ਕਹਾਣੀ ਆ ਨਾ, ਬਹੁਤ ਘਰਾਂ ਦੀ ਕਹਾਣੀ। ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਮੈਨੂੰ ਕਵਰ ਕਰ ਲਿਆ, ਹੈ ਨਾ, ਮੈਨੂੰ ਤਾਂ ਲੋਕ ਸੁਣ ਰਹੇ ਨੇ। ਬਹੁਤ ਸਾਰੀਆਂ ਮਾਵਾਂ, ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੀਆਂ ਜਿਨ੍ਹਾਂ ਨੂੰ ਕਵਰ ਕਰ ਹੀ ਨਹੀਂ ਪਾਉਂਦੇ, ਬਹੁਤ ਸਾਰੀਆਂ ਧੀਆਂ, ਹੈ ਨਾ, ਜਿਹੜੀਆਂ ਇਸੇ ਦੁੱਖ 'ਚ ਨੇ ਵੀ ਉਹਨਾਂ ਨੂੰ ਕੋਈ ਸੁਣਦਾ ਨਹੀਂ। ਚਲੋ ਅਸੀਂ ਤਾਂ ਹੱਸਣ ਸੁਣ ਵਾਲੇ ਹਾਂ, ਅਸੀਂ ਤਾਂ ਕਲਾਕਾਰ ਹਾਂ, ਸਾਨੂੰ ਤੁਸੀਂ ਤਾਂ ਸੁਣ ਲਿਆ ਸੀ, ਤੁਹਾਨੂੰ ਤਾਂ ਦੱਸ ਰਹੇ ਹਾਂ, ਹੈ ਨਾ। ਪਰ ਇੱਕ ਕੁੜੀ ਹੋ ਕੇ ਮੇਰੇ ਮਦਰ, ਹੈ ਨਾ, ਜਦੋਂ ਵਿਡੋ ਹੋ ਗਏ, ਉਹ ਵਿਧਵਾ ਹੋ ਗਈ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਇੱਕ ਮਾਂ ਲਈ, ਇੱਕ ਪਤਨੀ ਲਈ ਇਹ, ਹੈ ਨਾ, ਇਹ ਜਿਹੜਾ ਦੁੱਖ ਇਹ ਝੱਲਣਾ ਬਹੁਤ ਔਖਾ। 4 ਸਾਲ ਦੇ ਵਿੱਚ ਤੁਸੀਂ 2 ਜੀਆਂ ਨੂੰ, ਹੈ ਨਾ, ਤੁਸੀਂ ਗਵਾ ਲੈਂਦੇ ਹੋ, ਹੈ ਨਾ, ਤਾਂ ਇਹ ਬਹੁਤ ਵੱਡਾ ਦੁੱਖ ਹੈਗਾ। ਅਤੇ ਪਰ ਅਸੀਂ ਜ਼ਿੰਦਗੀ ਨੂੰ ਹੌਂਸੇ ਨਾਲ ਜੀਏ, ਹੈ ਨਾ, ਅਸੀਂ ਕਦੇ ਵੀ ਮਤਲਬ ਰੌਲਾ ਨਹੀਂ ਪਾਇਆ ਹੈਗਾ ਵੀ ਅਸੀਂ ਬਹੁਤ ਦੁਖੀ ਹਾਂ। ਹਾਂ ਠੀਕ ਹੈ, ਦੁਖੀ ਹਾਂ ਤਾਂ ਦੁਖੀ ਹਾਂ, ਹੈ ਨਾ, ਪਰ ਅਸੀਂ ਕਿਸੇ ਦੇ ਸ਼ਗਨ 'ਚ, ਅਸੀਂ ਕਿਤੇ ਵੀ ਉੱਦਾਂ ਦੇ ਉਹ ਨਹੀਂ, ਅਸੀਂ ਕਦੇ ਕਿਸੇ ਨਾਲ ਜਾ ਕੇ ਰੋਏ ਨਹੀਂ, ਅਸੀਂ ਠੀਕ ਆ, ਜਿਹੜਾ ਕੁਛ ਹੋਇਆ ਪਰਮਾਤਮਾ ਨੇ ਜਿਵੇਂ ਕੀਤਾ, ਹੈ ਨਾ, ਉਹ ਦੋਵੇਂ ਹੱਥ ਉਹਦੀਆਂ ਦਾਤਾਂ ਮਨਜ਼ੂਰ ਨੇ, ਜਿਵੇਂ ਵੀ ਉਹਨੇ ਕੀਤਾ, ਹੈ ਨਾ। ਹਾਂ, ਪਰ ਮੈਂ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਵੀ ਜੇ ਕਿਸੇ ਦੇ ਘਰ ਇਹ ਹਾਦਸਾ ਵਾਪਰ ਜਾਂਦਾ, ਪਰਮਾਤਮਾ ਸਭ ਦੇ ਘਰੇ ਸੁੱਖ ਸ਼ਾਂਤੀ ਰੱਖੇ। ਜੇ ਕਿਸੇ ਦੇ ਘਰ ਹਾਦਸਾ ਹੀ ਵਾਪਰ ਵੀ ਜਾਂਦਾ, ਕੋਈ ਬੱਚਾ ਕਿਸੇ ਰਾਹ ਤੋਂ ਭਟਕ ਵੀ ਜਾਂਦਾ, ਤਾਂ ਉਹਦੇ ਮਦਰ ਹੋਣ ਦੇ ਨਾਂ 'ਤੇ, ਉਹਦੇ ਭੈਣ ਭਰਾ ਹੋਣ ਦੇ ਨਾਂ 'ਤੇ, ਉਹਦੇ ਪੇਰੈਂਟਸ ਹੋਣ ਦੇ ਨਾਂ 'ਤੇ ਸਾਨੂੰ ਜ਼ਰੂਰ ਹੱਕ ਬਣਦਾ ਕਿ ਅਸੀਂ ਉਹਦੇ ਬੱਚੇ ਨੂੰ ਸਮਾਂ ਦੇਈਏ। ਬਿਲਕੁਲ, ਕਿਉਂਕਿ ਜਦੋਂ ਕੋਈ ਬੱਚਾ ਨਸ਼ਾ ਕਰਦਾ ਨਾ, ਮੈਨੂੰ ਲੱਗਦਾ ਹੁੰਦਾ ਝਿੜਕਣ ਦੀ ਬਜਾਏ ਜੇ ਤੁਸੀਂ ਉਹਨੂੰ ਪਿਆਰ ਨਾਲ ਹੈਂਡਲ ਕਰੋਗੇ ਤਾਂ ਉਹ ਆ ਸਕਦਾ ਵਾਪਸ, ਹੈ ਨਾ। ਬਹੁਤ ਸਾਰੇ ਲੋਕਾਂ ਦੀਆਂ ਆਪਾਂ ਮੋਟੀਵੇਸ਼ਨਲ ਸਪੀਕਰ ਸੁਣੀਆਂ ਨੇ ਜਿਹੜੇ ਮੁੜੇ ਨੇ ਇਹਨਾਂ ਚੀਜ਼ਾਂ ਤੋਂ, ਬਸ ਉਹਨਾਂ ਨੂੰ ਪਿਆਰ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਸਤਿਕਾਰ ਦੀ ਲੋੜ ਹੁੰਦੀ ਆ। ਪਤਾ ਨਹੀਂ ਉਹ ਕਿਵੇਂ ਕਰਦੇ ਨੇ ਇਹ ਚੀਜ਼ਾਂ, ਹੈ ਨਾ, ਜਾਂ ਇਕੱਲੇ ਹੋ ਕੇ ਕਰਦੇ ਨੇ ਜਾਂ ਕਿਸੇ ਤੋਂ ਦੁਖੀ ਹੋਏ ਕਰਦੇ ਨੇ। ਪਰ ਜੇ ਕੋਈ ਇਸ ਲੱਤ 'ਤੇ ਲੱਗ ਵੀ ਗਿਆ ਤਾਂ ਪਲੀਜ਼ ਤੁਸੀਂ ਆਪਦੇ ਪਰਿਵਾਰ ਨੂੰ ਜ਼ਰੂਰ ਦੱਸੋ ਕਿ ਮੈਂ ਇਸ ਚੀਜ਼ ਨਾਲ ਮੈਂ ਗ੍ਰਸਤ ਹੋ ਗਿਆ, ਹੈ ਨਾ, ਤਾਂ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਜ਼ਰੂਰ ਕਰੂਗੀ। ਕੋਈ ਨਹੀਂ ਚਾਹੁੰਦਾ ਹੈਗਾ ਕਿ ਸਾਡਾ ਬੱਚਾ ਜੇ ਰਾਹ ਤੋਂ ਭਟਕ ਗਿਆ ਤਾਂ ਅਸੀਂ ਉਹਨੂੰ ਰਾਹ 'ਤੇ ਨਾ ਲੈ ਕੇ ਆਈਏ। ਅਸੀਂ ਵੀ ਬਹੁਤ ਕੋਸ਼ਿਸ਼ ਕੀਤੀ, ਸਾਨੂੰ ਪਰਮਾਤਮਾ ਨੇ ਰੰਗ ਭਾਗ ਹੀ ਲਾਏ ਸੀਗੇ, ਪਰ ਉਹਦੀ ਉਮਰ ਘੱਟ ਗਈ, ਹੈ ਨਾ, ਉਹਦੀ ਉਮਰ ਘੱਟ ਗਈ ਤਾਂ ਹੀ ਸਾਡੇ ਨਾਲ, ਮਤਲਬ ਉਸ ਤੋਂ ਬਾਅਦ ਉਹਨਾਂ ਨੇ ਛੱਡ ਦਿੱਤਾ ਸੀਗਾ, ਠੀਕ ਹੋ ਗਿਆ ਸੀ ਬਿਲਕੁਲ। ਅੱਛਾ, ਫਿਰ ਕੋਈ ਪ੍ਰੋਬਲਮ ਕਵਰ ਕਰ ਲਿਆ ਸੀ, ਹਾਂ, ਬਸ ਅਸਲ 'ਚ ਥੋੜ੍ਹਾ ਸਾਡਾ ਸਾਥ ਨਹੀਂ ਸੀਗਾ ਸਾਰੀ ਉਮਰ ਦਾ, ਉਹ ਸਾਥ ਟੁੱਟ ਗਏ, ਬਸ ਉਹ ਸਮਾਂ ਸੀ ਜਿਹੜਾ ਉਹ ਨਹੀਂ, ਹੈ ਨਾ, ਉਹਨੇ ਤਾਂ ਆਉਣਾ ਹੀ ਆਉਣਾ ਸੀ। ਫਿਰ ਤੁਸੀਂ ਹੁਣ ਇੱਥੇ ਨਾਨਕੇ ਹੀ ਰਹਿ ਰਹੇ ਹੋ, ਇਹ ਤੁਹਾਡੇ ਨਾਨਕੇ? ਨਾਨਕਿਆਂ ਦਾ ਜਿਹੜਾ ਪਰਿਵਾਰ, ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ, ਹੈ ਨਾ। ਹੁਣ ਆਪਾਂ ਗੱਲ ਕਰਦੇ ਹਾਂ ਮੇਰੇ ਵਿਆਹ ਦੀ, ਵਿਆਹ ਕਿਵੇਂ ਹੋਇਆ ਸੀਗਾ। ਮੇਰੀ ਇੰਗੇਜਮੈਂਟ, ਮੇਰੇ ਨਾਨਕੇ ਪਰਿਵਾਰ ਨੇ ਮੇਰੀ ਇੰਗੇਜਮੈਂਟ ਕਰਵਾਈ ਸੀ। ਅੱਛਾ, ਮਤਲਬ ਮੁੰਡਾ ਸੀਗਾ, ਸਰਕਾਰੀ ਮੁਲਾਜ਼ਮ ਸੀ, ਅੱਛੀ ਜੋਬ ਸੀ ਉਹਨਾਂ ਦੇ ਕੋਲੇ। ਪਰ ਪਤਾ ਨਹੀਂ ਕੀ ਹੁੰਦਾ, ਹੋ ਸਕਦਾ ਮੇਰੇ ਪ੍ਰੋਫੈਸ਼ਨ ਤੋਂ, ਹੈ ਨਾ, ਮੈਂ ਜਿਵੇਂ ਮੈਂ ਥੀਏਟਰ ਕਰਦੀ ਸੀ, ਮੈਂ ਫਿਲਮ ਵੀ ਇੱਕ ਦੋ ਫਿਲਮਾਂ ਵੀ ਕਰ ਚੁੱਕੀ ਸੀ, ਹੈ ਨਾ, ਹੋ ਸਕਦਾ ਉਹਨਾਂ ਨੇ ਕੇਸ ਚੀਜ਼ ਤੋਂ ਓਬਜੈਕਸ਼ਨ ਹੋਵੇ, ਹੈ ਨਾ। ਪਰ ਸਾਡੀ ਇੰਗੇਜਮੈਂਟ ਹੋ ਗਈ ਸੀ, 2-3 ਮਹੀਨੇ ਅਸੀਂ ਮਤਲਬ ਮੰਗੇ ਵੀ ਰਹੇ, ਹੈ ਨਾ, ਜਿਵੇਂ ਪੰਜਾਬੀ 'ਚ ਕਹਿੰਦੇ ਵੀ ਅਸੀਂ ਭਾਈ ਮੰਗੇ ਰਹੇ, ਸਾਡੀ ਪੱਕ ਠੱਕ ਹੋ ਗਈ ਸੀ, ਹੈ ਨਾ। ਅਤੇ ਚਲੋ ਕੋਈ ਹੋ ਗਿਆ ਹੋਣਾ, ਕੋਈ ਉਹਨਾਂ ਨੂੰ ਲੱਗਿਆ ਹੋਣਾ ਕੁਛ, ਹੈ ਨਾ, ਤਾਂ ਵਿਆਹ ਤੋਂ 7 ਦਿਨ ਪਹਿਲਾਂ ਉਹਨਾਂ ਨੇ ਮਨਾ ਕਰਤਾ ਵੀ ਅਸੀਂ ਵਿਆਹ ਨਹੀਂ ਕਰਨਾ। ਮੈਂ ਤੁਸੀਂ ਸਾਰੀਆਂ ਤਿਆਰੀਆਂ ਤੁਰੀਆਂ ਕਰ ਚੁੱਕੇ? ਹਾਂ, ਸਾਡਾ ਪੈਲਸ ਬੁੱਕ ਸੀਗਾ, 450-500 ਬੰਦੇ ਦਾ ਰੇਂਜ ਸੀ, ਕਿਉਂਕਿ ਇੱਕੋ ਇੱਕ ਵਿਆਹ ਕਰਨਾ ਸੀ, ਹੈ ਨਾ, ਅਸੀਂ। ਅਤੇ ਮੇਰੇ ਮਦਰ ਨੇ ਕਿਹਾ ਸੀਗੇ ਵੀ ਚਲੋ ਮੈਂ ਇੱਕੋ ਇੱਕ ਤਾਂ ਵਿਆਹ ਕਰਨਾ, ਵੀ ਮੈਂ ਠੋਕ ਵਜਾ ਕੇ ਵਿਆਹ ਕਰਨਾ, ਹੈ ਨਾ। ਅਤੇ ਚਲੋ ਜਦੋਂ 7 ਦਿਨ ਰਹਿੰਦੇ ਪਹਿਲਾਂ ਉਹਨਾਂ ਨੇ ਮਨਾ ਕਰਤਾ, ਹੈ ਨਾ, ਵੀ ਨਹੀਂ ਅਸੀਂ ਕੰਟੀਨਿਊ ਨਹੀਂ ਕਰ ਸਕਦੇ, ਅਸੀਂ ਵਿਆਹ ਤੱਕ ਨਹੀਂ ਲੈ ਕੇ ਜਾਣਾ ਰਿਸ਼ਤਾ। ਫਿਰ ਮੈਂ ਅੱਗੇ ਵੀ 1-2 ਇੰਟਰਵਿਊਜ਼ ਕੀਤੀਆਂ ਨੇ, ਮੇਰੀਆਂ ਕੋਈ ਜ਼ਿਆਦਾ ਫਰੈਂਡਸ ਨਹੀਂ ਹੈਗੀਆਂ, ਉਹ ਯੂਨੀਵਰਸਿਟੀ ਤੋਂ ਨੇ ਜਿਹੜੀਆਂ ਕੁਛ ਹੈਗੀਆਂ ਨੇ 1-2 ਫਰੈਂਡਸ, ਤਾਂ ਉਹਨਾਂ 'ਚ ਵੀਰਪਾਲ ਸੀਗੇ, ਇੱਕ ਸਾਡੇ ਸੀਨੀਅਰ ਸੀਗੇ, ਉਸ ਟਾਈਮ PhD ਕਰ ਰਹੇ ਸੀ ਯੂਨੀਵਰਸਿਟੀ ਤੋਂ, ਅਤੇ ਅਸੀਂ ਮਾਸਟਰ ਕਰ ਰਹੇ ਸੀਗੇ ਥੀਏਟਰ TV ਡਿਪਾਰਟਮੈਂਟ ਤੋਂ। ਅਤੇ ਉਹ ਮੇਰੇ ਮੰਮੀ ਦੇ ਮੇਰੇ ਬੜੇ ਅੱਛੇ ਫਰੈਂਡ ਸੀਗੇ, ਉਹ ਮੇਰੀ ਹਜੇ ਘੱਟ ਫਰੈਂਡ ਸੀ, ਉਹ ਮੇਰੀ ਮੰਮੀ ਨਾਲ ਜ਼ਿਆਦਾ ਉਹਦੀ ਗੱਲਬਾਤ ਹੁੰਦੀ ਸੀ ਨਾ। ਤਾਂ ਉਹਨੇ ਕਿਤੇ ਜ਼ਿਕਰ ਕੀਤਾ ਹੋਣਾ ਮੇਰੇ ਮਦਰ ਕੋਲੇ ਕਿ ਵੀ ਇਹ ਅੱਛੀ ਆਰਟਿਸਟ ਆ, ਹੈ ਨਾ, ਵੀ ਕੱਲ੍ਹ ਨੂੰ ਕਿਹੋ ਜਿਹਾ ਕੋਈ ਰਿਸ਼ਤਾ ਨਾ ਹੋ ਜਾਏ ਕਿ ਇਹਦੀ ਲਾਈਨ ਛੁੱਟ ਜੇ, ਹੈ ਨਾ। ਅਤੇ ਮੈਨੂੰ ਕਹਿੰਦੀ ਵੀ ਐਂ ਕਰਕੇ ਜਿਹੜੇ ਮੇਰੇ ਹਸਬੈਂਡ ਨੇ ਅਤੇ ਜਿਹੜੇ ਵੀਰਪਾਲ ਨੇ ਉਹ ਦੋਨੇ ਧਰਮ ਦੇ ਭੈਣ ਭਰਾ ਬਣੇ ਹੋਏ ਨੇ, ਹੈ ਨਾ। ਅੱਛਾ, ਅਤੇ ਉਹ ਕਹਿੰਦੀ ਵੀ ਮੇਰਾ ਬ੍ਰਦਰ ਇੱਕ ਵੀ ਉਹ ਏਸੀ ਲਾਈਨ 'ਚ ਹੀ ਆ, ਹੈ ਨਾ, ਅਤੇ ਵੀ ਆਪਾਂ ਉੱਥੇ ਰਿਸ਼ਤਾ ਕਰੀਏ ਇਹਦਾ। ਮੈਂ ਉਹਨੂੰ ਵੀਰਪਾਲ ਨੂੰ ਕਿਹਾ
ਮੈਂ ਕਿਹਾ ਵੀਰਪਾਲ ਮੈਂ ਕਿਹਾ ਮੰਮੀ ਤਾਂ ਚਲੋ ਕਹੀ ਜਾਂਦੇ ਵੀ ਉੱਥੇ ਕਰਾ ਲਾ ਉੱਥੇ ਕਰਾ ਲਾ ਹਨਾ ਵੀ ਤੇਰੀ ਲਾਈਨ ਨਹੀਂ ਛੁੱਟੂਗੀ ਕਿਉਂਕਿ ਮੇਰੀ ਮੇਰੀ ਮਦਰ ਨੇ ਮੇਰੀ ਲਾਈਨ 'ਚ ਬਹੁਤ ਸਪੋਰਟ ਕੀਤਾ ਜੇ ਮੈਂ ਇੱਥੋਂ ਤੱਕ ਪਹੁੰਚੀ ਹਾਂ ਤਾਂ ਮੈਂ ਉਹਦੀ ਮੈਂ ਮਤਲਬ ਮੈਂ ਉਹਦੀ ਮਦਰ ਦੀ ਹੱਲਾ ਸ਼ੇਰ ਨਾਲ ਹੀ ਪਹੁੰਚੀ ਹਾਂ ਅਤੇ ਫਿਰ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੰਮੀ ਮੈਂ ਕਿਹਾ ਜਿਹੜੀਆਂ ਕੁੜੀਆਂ ਦੇ ਸਿਰ 'ਤੇ ਭਰਾ ਪਿਓ ਇਕੱਠੇ ਨਹੀਂ ਨਾ ਹੁੰਦੇ ਉਹਨਾਂ ਨੂੰ ਬਹੁਤ ਕੁਛ ਸੁਣਨਾ ਪੈਂਦਾ ਮੈਂ ਕਿਹਾ ਆਪਾਂ ਸੁਣਦੇ ਹੀ ਆਏ ਹਾਂ ਮੈਂ ਕਿਹਾ ਵੀ ਆਪਾਂ ਅਲੱਗ ਰਹਿ ਰਹੇ ਹਾਂ ਇੱਕ ਸ਼ਹਿਰ 'ਚ ਰਹਿ ਰਹੇ ਹਾਂ ਨਾ ਮੈਂ ਕਿਹਾ ਲੋਕ ਕਹਿਣਗੇ ਕੁੜੀ ਪਟਿਆਲੇ ਪੜ੍ਹਨ ਗਈ ਸੀ ਇਹਨੇ ਆਪਦੀ ਆਪ ਹੀ ਰਿਸ਼ਤਾ ਕਰਾ ਲਿਆ ਹੈ ਨਾ ਮੈਂ ਕਿਹਾ ਜਿਹੜੇ ਦੋ ਚਾਰ ਰਿਸ਼ਤੇਦਾਰ ਆਪਾਂ ਨੂੰ ਪਿਆਰ ਕਰਦੇ ਉਹ ਛੁੱਟ ਜਾਣਗੇ ਆਪਣੇ ਹੈ ਨਾ ਮੈਂ ਕਿਹਾ ਆਪਾਂ ਵੀ ਨਹੀਂ ਹੈ ਨਾ ਮੈਂ ਬਸ ਮੇਰੇ ਮੇਰਾ ਸਾਡਾ ਮੇਰੇ ਮੇਰੇ ਨਾਨਕੇ ਦਾਦੇ ਕਹਿੰਦੇ ਮੇਰਾ ਬਹੁਤ ਪਿਆਰ ਹੈਗਾ ਸਾਰੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਦੋਂ ਇੱਦਾਂ ਹੈ ਨਾ ਗੱਲ ਹੋਈ ਤਾਂ ਮੈਂ ਕਿਹਾ ਮੰਮੀ ਮੈਂ ਕਿਹਾ ਵੀ ਆਪਾਂ ਨੂੰ ਰਿਸ਼ਤੇਦਾਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਹੈ ਨਾ ਅਤੇ ਮੈਂ ਕਿਹਾ ਵੀ ਮੈਂ ਕਿਹਾ ਸਾਰਿਆਂ ਨੂੰ ਇਹ ਲੱਗੂਗਾ ਵੀ ਇਹ ਆਪ ਹੀ ਆਹ ਕੰਮ ਜਿਹੇ ਕਰਦੀ ਸੀ ਚੜਗਾਉਣ ਜਿਹੜੇ ਤੇ ਆ ਮੁੰਡਾ ਵੀ ਹੋ ਜਾਲਾ ਬਲੇ ਪੱਕਾ ਇਹਦੀ ਲਵ ਮੈਰਿਜ ਹੋ ਗਈ ਹੈ ਨਾ ਮੈਂ ਕਿਹਾ ਵੀ ਆਪਾਂ ਇਹ ਨਹੀਂ ਕਰਨਾ ਹੈਗਾ ਰਿਸ਼ਤਾ ਦੇਖ ਰਹੇ ਹਾਂ ਮਾਮਾ ਜੀ ਦੀ ਬੇਟੀ ਨੂੰ ਮੈਂ ਕਹਿਤਾ ਸੀਗਾ ਅਤੇ ਉਹਨੇ ਬੜੀ ਛੇਤੀ ਰਿਸ਼ਤਾ ਲੱਭ ਲਿਆ ਚਲੋ ਸਾਰਾ ਕੁਛ ਹੋ ਗਿਆ ਹੈ ਨਾ ਪਰ ਮੈਂ ਇੱਕ ਗੱਲ ਸੋਚਦੀ ਹਾਂ ਥੋੜ੍ਹਾ ਜੰਮਣ ਮਾਰਨ ਸੰਜੋਗ ਇਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਅੱਛਾ ਫਿਰ ਗੱਲ ਘੁੰਮ ਘੁੰਮਾ ਕੇ ਉੱਥੇ ਆ ਗਈ ਕਿ ਜਦੋਂ ਮੇਰਾ ਰਿਸ਼ਤਾ ਟੁੱਟ ਗਿਆ ਤਾਂ 7 ਦਿਨ ਰਹਿੰਦੇ ਸੀ ਵਿਆਹ ਹੋਣ 'ਚ ਅਤੇ ਫਿਰ ਮੈਂ ਕਿਹਾ ਤਾਂ ਹੁਣ ਕੰਮ ਤਾਂ ਖਰਾਬ ਹੋ ਗਿਆ ਤਾਂ ਸਾਰੀ ਬੁਕਿੰਗ ਵਗੈਰਾ ਕੀਤੀ ਸਾਰਾ ਤਿਆਰੀਆਂ ਅਤੇ ਮੈਂ ਕਿਹਾ ਕੰਮ ਖਰਾਬ ਹੋ ਗਿਆ ਮੈਂ ਵੀਰਪਾਲ ਨੂੰ ਫੋਨ ਕੀਤਾ ਜਿਹੜੀ ਮੇਰੀ ਫਰੈਂਡ ਸੀ ਮੈਂ ਕਿਹਾ ਵੀਰਪਾਲ ਮੈਂ ਕਿਹਾ ਇੱਦਾਂ ਕਰਕੇ ਵੀ ਰਿਸ਼ਤਾ ਹੈ ਨਾ ਉਹ ਟੁੱਟ ਗਿਆ ਕਹਿੰਦੀ ਤੂੰ ਮਜ਼ਾਕ ਕਰਦੀ ਯਾਰ ਕਹਿੰਦੀ ਕਦੇ ਤਾਂ ਸੀਰੀਅਸ ਹੋ ਜਾਏ ਕਰ ਕਹਿੰਦੀ ਹੁਣ ਵੀ ਕਮੇਡੀ ਮੈਂ ਕਿਹਾ ਕੋਮੇਡੀ ਨਹੀਂ ਮੈਂ ਕਿਹਾ ਸੱਚੀ ਟੁੱਟ ਗਿਆ ਮੈਂ ਪੂਰੀ ਮੈਂ ਕਲੀਅਰ ਕਰਕੇ ਗਿਆ ਹੈ ਨਾ ਮੈਂ ਕਿਹਾ ਵੀ ਆਹ ਗੱਲ ਹੋ ਗਈ ਮੈਂ ਕਿਹਾ ਵੀ ਹਰਪ੍ਰੀਤ ਨੂੰ ਪੁੱਛ ਕਿੱਥੇ ਨੇ ਹੈ ਨਾ ਕਹਿੰਦੀ ਯਾਰ ਤੂੰ ਸੱਚੀ ਕਹਿੰਦੀ ਮੈਂ ਕਿਹਾ ਹਾਂ ਸੱਚੀ ਇਹ ਗੱਲ ਹੋ ਗਈ ਹੈ ਨਾ ਚਲੋ ਫਿਰ ਫੋਨ ਫਾਨ ਕੀਤਾ ਮੇਰੇ ਮਦਰ ਵੀ ਸ਼ਾਮ ਨੂੰ ਸਵੇਰੇ ਗੱਲ ਹੋਈ 11 ਵਜੇ ਨਾ ਰਹਿਣਾ ਨਾ ਮੇਰੇ ਮਦਰ ਵੀ ਸ਼ਾਮ ਨੂੰ ਮੇਰੇ ਚਾਚਾ ਜੀ ਦੇ ਬੇਟੇ ਨੂੰ ਲੈ ਕੇ ਕੋਟਕਪੂਰੇ ਮੇਰੇ ਸਹੁਰੇ ਨੇ ਉੱਥੇ ਆ ਗਏ ਘਰ ਅਤੇ ਮੇਰੇ ਫਾਦਰ ਸਾਹਿਬ ਮਤਲਬ ਮੇਰੇ ਸਹੁਰਾ ਸਾਹਿਬ ਕਹਿੰਦੇ ਜਦੋਂ ਆਏ ਇੱਥੇ ਮਤਲਬ ਮੰਮੀ ਗੱਲ ਕਰਨ ਆਏ ਹੈ ਨਾ ਵੀ ਸਾਰੀ ਗੱਲਬਾਤ ਹੋ ਗਈ ਅਤੇ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਕੁੜੀ ਜ਼ਿਆਦਾ ਪੜ੍ਹੀ ਲਿਖੀ ਵੀ ਸਾਡਾ ਮੁੰਡਾ ਤਾਂ ਹੈ ਨਾ ਵੀ ਤਾਂ ਆਪ ਵਿਚਾਰੇ ਇਹੋ ਜਿਹਾ ਕੰਮ ਜਿਹਾ ਕਰਦੇ ਆ ਕਿਉਂਕਿ ਨਾ ਆਪਣੀ ਫੀਲਡ ਨੂੰ ਹਜੇ ਤੱਕ ਕੰਮ ਨਹੀਂ ਮੰਨਿਆ ਉਵੇਂ ਨਹੀਂ ਮੰਨਿਆ ਜਾਂਦਾ ਪ੍ਰੋਫੈਸ਼ਨ ਕੰਮ ਨਹੀਂ ਮੰਨਿਆ ਜਾਂਦਾ ਹਾਂ ਕੰਮ ਵੀ ਆਪਾਂ ਨੂੰ ਅੱਛਾ ਕਹਿਣਗੇ ਸਾਡੀ ਕੁੜੀ ਨਾ ਕਰਦੀ ਹੈ ਨਾਟਕ ਨਹੀਂ ਕਰ ਕੰਮ ਕਰਦੀ ਉਹ ਤਾਂ ਸਹੀ ਆ ਕੰਮ ਕੀ ਕਰਦੀ ਆ ਉੱਥੇ ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਕੁੜੀ ਪੜ੍ਹੀ ਲਿਖੀ ਹੈ ਹੈ ਨਾ ਅਤੇ ਇੱਕ ਸ਼ਹਿਰ 'ਚ ਰਹਿੰਦੀ ਹੈ ਕੁੜੀ ਵੀ ਪਤਾ ਨਹੀਂ ਵੀ ਗੱਲ ਨੂੰ ਹੈ ਨਾ ਵੀ ਇਹਨਾਂ ਦੀ ਕਿਵੇਂ ਨਿਭੂਗੀ ਜਾਂ ਨਹੀਂ ਨਿਭੂਗੀ ਹੈ ਨਾ ਮੈਨੂੰ ਕਹਿੰਦੇ ਵੀ ਫੋਨ 'ਤੇ ਮੇਰੀ ਗੱਲ ਕਰਾਓ ਮੇਰੀ ਮਦਰ ਨੂੰ ਕਹਿੰਦੇ ਮੇਰੇ ਮਦਰ ਦੇ ਫੋਨ 'ਤੇ ਫੋਨ ਕੀਤਾ ਉਹਨਾਂ ਨੇ ਕਹਿੰਦੇ ਵੀ ਤੁਸੀਂ ਐਂ ਕਰਕੇ ਵੀ ਤੁਸੀਂ ਰਹਿ ਲਉਂਗੇ ਹੈ ਨਾ ਵੀ ਕੱਲ੍ਹ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਹੈ ਨਾ ਵੀ ਅੱਜ ਵੀ ਕਿਉਂਕਿ ਬਹੁਤ ਕਾਹਲੀ ਹੋ ਰਹੀ ਹੈ ਵਿਆਹ 'ਚ 7 ਦਿਨ ਹੋਵੇ ਹੈ ਨਾ ਵੀ ਤੁਹਾਡੀ ਦੋਨਾਂ ਦੀ ਜ਼ਿੰਦਗੀ ਤੁਹਾਨੂੰ ਇਹ ਲੱਗੇ ਵੀ ਅੱਜ ਤਾਂ ਤੁਸੀਂ ਕਹਿ ਰਹੇ ਐਕਸਾਈਟਡ ਹੋ ਗਏ ਹਾਂ ਸਾਡਾ ਇੱਕ ਸੇਮ ਪ੍ਰੋਫੈਸ਼ਨ ਆ ਸਾਨੂੰ ਕੋਈ ਚੱਕਰ ਨਹੀਂ ਪਰ ਕਹਿੰਦੇ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਕਠਿਨਾਈਆਂ ਹੁੰਦੀਆਂ ਮੈਂ ਕਿਹਾ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਨਾ ਮੈਂ ਕਿਹਾ ਬਸ ਮੈਨੂੰ ਸੇਮ ਪ੍ਰੋਫੈਸ਼ਨ ਦਾ ਮੁੰਡਾ ਚਾਹੀਦਾ ਹੈ ਨਾ ਬਾਕੀ ਮੈਂ ਕਿਹਾ ਗਰੀਬੀ ਹੈ ਮੇਰੀ ਉਹ ਆਪਣੀ ਕਿਸਮਤ ਦੀ ਬਸ ਫਿਰ ਇੱਦਾਂ ਹੀ ਸਾਡਾ ਵਿਆਹ ਹੋਇਆ 7 ਦਿਨਾਂ 'ਚ ਮੈਂ ਅਸੀਂ ਕਿਹਾ ਵੀ ਚਾਹੇ ਬਰਾਤ ਤੁਸੀਂ ਦਿਹਾੜੀ ਦੇ ਬੰਦੇ ਲੈ ਕੇ ਆਓ ਜਿਵੇਂ ਮਰਜ਼ੀ ਲੈ ਕੇ ਆਓ ਪਰ ਸਾਡੇ ਪੈਰਸ 'ਚ ਰੌਣਕ ਹੋਣੀ ਚਾਹੀਦੀ ਹੈ ਅੱਛਾ ਥੋੜੀ ਜਿਹੀ ਰਹੀ ਕਿ ਮੇਰਾ ਹਰਪ੍ਰੀਤ ਨੂੰ ਇਹ ਲੱਗਿਆ ਉਹਨਾਂ ਨੇ ਮੇਰਾ ਸਾਥ ਜਿਹਾ ਨਹੀਂ ਦਿੱਤਾ ਨਾ ਉਹ ਕਹਿੰਦੇ ਯਾਰ ਰੀਲਾਂ ਵੀ ਕੋਈ ਚੀਜ਼ ਹੁੰਦੀ ਹੈ ਇੰਸਟਾਗ੍ਰਾਮ ਤੇ ਹਨਾ ਐਵੇਂ ਭਕਾਈ ਮਾਰੀ ਜਾਓ ਨਹੀਂ ਆਪਾਂ ਫਿਲਮਾਂ 'ਚ ਹੀ ਕੰਮ ਕਰਾਂਗੇ ਹਨਾ ਚਲੋ ਤਾਂ ਵਿਆਹ ਤੋਂ 1 ਸਾਲ ਬਾਅਦ ਹੀ ਲੋਕਡਾਊਨ ਲੱਗ ਗਿਆ ਪਰ ਅਕਲ ਸਾਨੂੰ ਹਲੇ ਵੀ ਨਹੀਂ ਆਈ ਸੀਗੀ ਹੈ ਨਾ ਹਲੇ ਵੀ ਨਹੀਂ ਸੋਸ਼ਲ ਮੀਡੀਆ ਉਵੇਂ ਯੂਜ਼ ਕਰ ਰਹੇ ਸੀ ਬਸ ਮਾੜੀ ਮੋਟੀ ਫੇਸਬੁੱਕ ਦੇਖਦੇ ਸੀ ਲੋਕਾਂ ਨੂੰ ਸ਼ੇਅਰ ਕਰ ਦਿੰਦੇ ਕਿਸੇ ਦਾ ਕਮੈਂਟ ਕਰ ਦਿੰਦੇ ਮਤਲਬ ਆਪ ਕ੍ਰੀਏਟਿਵ ਕੰਮ ਨਹੀਂ ਕਰ ਲਈ ਫਿਰ ਜਿਵੇਂ ਜਿਵੇਂ ਹੁਣ ਹੈ ਨਾ ਕਿਉਂਕਿ ਸੋਸ਼ਲ ਮੀਡੀਆ ਦੀ ਹੁਣ ਵੈਲਿਊ ਬਹੁਤ ਆ ਕਾਫੀ ਬਹੁਤ ਜ਼ਿਆਦਾ ਹੈ ਨਾ ਫਿਰ ਹੁਣ ਅਸੀਂ ਥੋੜੇ ਐਕਟਿਵ ਹੋਏ ਹੈ ਨਾ ਹੁਣ ਰੀਲਾਂ ਰੂਲਾਂ ਬਣਾਉਣੀਆਂ ਹੁਣ ਉਹਨਾਂ ਨੂੰ ਫਿਰ ਇਹ ਗੱਲ ਸਮਝ ਆਈ ਵੀ ਹਾਂ ਇਹਦਾ ਕਰਨਾ ਚਾਹੀਦਾ ਫਾਇਦਾ ਇਹਦਾ ਮੈਂ ਹੁਣ ਕਹਿੰਦੀ ਹੁੰਦੀ ਮੈਂ ਕਹਿੰਦੀ ਦੇਖੋ ਜੇ ਅੱਜ 2 ਸਾਲ ਪਹਿਲਾਂ ਸ਼ੁਰੂ ਕੀਤਾ ਹੁੰਦਾ ਮੈਂ ਆਪਣੇ ਵਿਆਹ ਨੂੰ 5-6 ਸਾਲ ਹੋ ਗਏ ਜੇ ਪਹਿਲਾਂ ਤਾਂ ਕੰਮ ਸ਼ੁਰੂ ਕੀਤਾ ਹੁੰਦਾ ਹੁਣ ਮੈਂ ਕਿਹਾ ਆਪਾਂ ਮਸ਼ਹੂਰ ਹੋ ਕੇ ਪੁਰਾਣੇ ਵੀ ਹੋ ਗਏ ਚੁੱਕੇ ਹੁੰਦੇ ਅੱਛਾ ਚਲੋ ਦੇਰ ਆਏ ਦਰੁਸਤ ਆਏ ਹੁਣ ਤੁਹਾਨੂੰ ਮਿਲਣ ਦਾ ਕਿੰਨਾ ਕੁ ਟਾਈਮ ਹੋ ਗਿਆ ਸਾਲ ਹੋ ਗਿਆ ਸ਼ੁਰੂ ਕੀਤੇ ਨੂੰ 6-1 ਮਹੀਨੇ ਹੋਇਆ ਮਿਲਣ ਦਾ 3-4 ਮਹੀਨੇ ਹੋਏ 3-4 ਮਹੀਨਿਆਂ ਤੋਂ ਹੀ ਮੈਂ ਤੁਹਾਨੂੰ ਦੇਖ ਰਹੀ ਹਾਂ ਐਕਟਿਵਲੀ ਹੈ ਨਾ ਇੰਸਟਾਗ੍ਰਾਮ ਤੇ ਤੁਹਾਡੀਆਂ ਕਾਫੀ ਰੀਲਾਂ ਚੱਲ ਰਹੀਆਂ ਇੱਕ ਤੁਸੀਂ ਉਹ ਜਿਹੜੀਆਂ ਲੰਬੀਆਂ ਵੀਡੀਓਜ਼ ਬਣਾਉਂਦੇ ਹੁੰਦੇ ਹੋ ਜਿਵੇਂ ਬੋਲ ਕੇ
ਉਹ ਕਨਸੈਪਟ ਬੜੇ ਕਮਾਲ ਦੇ ਹੁੰਦੇ ਆ ਉਹ ਕਿਵੇਂ ਇੱਥੋਂ ਘਰੋਂ ਹੀ ਆਸੇ ਪਾਸੇ ਦੇਖ ਲੈਂਦੇ ਹੋ ਆਹੋ ਪਤਾ ਕੀ ਆ ਮੈਂ ਤੁਹਾਨੂੰ ਜਿਵੇਂ ਸ਼ੁਰੂ 'ਚ ਦੱਸਿਆ ਹੈ ਨਾ ਕਿ ਮੈਂ ਜਿਹੜੀਆਂ ਆਪਣੀਆਂ ਬੀਬੀਆਂ ਪਿੰਡ ਵਾਲੀਆਂ ਮੈਂ ਉਹਨਾਂ ਨੂੰ ਚੁੱਪ ਚੁਪੀ ਤੇ ਸੁਣਦੀ ਹੁੰਦੀ ਸੀਗੀ ਅਤਰੋ ਚਤਰੋ ਨਿਰਮ ਰਿਸ਼ੀ ਆ ਮੈਡਮ ਰੁਪਿੰਦਰ ਰੂਪੀ ਇਹਨਾਂ ਨੂੰ ਬਹੁਤ ਦੇਖਿਆ ਮੈਂ ਉਦੋਂ ਰੀੜੀ ਪੰਜਾਬੀ ਹੁੰਦਾ ਸੀ ਹੈ ਨਾ ਤੇ ਮਤਲਬ ਇਹ ਐਂ ਲੱਗਦਾ ਹੁੰਦਾ ਸੀ ਵੀ ਯਾਰ ਇਹ ਸਾਡੀਆਂ ਬੀਬੀਆਂ ਨੂੰ ਕਿਵੇਂ ਬੋਲ ਲੈਂਦੀਆਂ ਨਾ ਵੀ ਤੇ ਟੀਵੀ ਤੇ ਨੇ ਹਨਾ ਵੀ ਕਿਵੇਂ ਇਹਨਾਂ ਨੂੰ ਬੋਲਣਾ ਆਉਂਦਾ ਗਾ ਹਨਾ ਪਤਾ ਨੀ ਸੀਗਾ ਕਿ ਆਪ ਵੀ ਚਲੋ ਸੇਮ ਇਹੀ ਕੰਮ ਕਰਾਂਗੇ ਪਰ ਉਦੋਂ ਉਹਨਾਂ ਦਾ ਬੋਲਣਾ ਬਹੁਤ ਅਚੰਬਾ ਲੱਗਦਾ ਹੁੰਦਾ ਸੀਗਾ ਅਤਰੋ ਚਤਰੋ ਨੂੰ ਤਾਂ ਜੇ ਮੈਂ ਸੁਣਦੀ ਹੁੰਦੀ ਸੀ ਮੈਂ ਕਹਿੰਦੀ ਸੀ ਯਾਰ ਇਹ ਬੰਦਾ ਹੋ ਕੇ ਹਨਾ ਮਤਲਬ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਜਿਹੜਾ ਮਲਵਈ ਭਾਸ਼ਾ ਉਹਨਾਂ ਨੂੰ ਬਹੁਤ ਠੇਠਤਾ ਚ ਬੋਲਿਆ ਉਹਨਾਂ ਨੇ ਪਤਾ ਨੀ ਤਾਂ ਉਹ ਇੱਕ ਆਦਮੀ ਸੀਗੇ ਉਹਨਾਂ ਨੇ ਤਾਂ ਵੀ ਕਰੈਕਟਰ ਆਪੋਜ਼ਿਟ ਕਰਦੇ ਸੀਗੇ ਪਤਾ ਨੀ ਤਾਂ ਉਹਨਾਂ ਨੇ ਉਸ ਹਿਸਾਬ ਨਾਲ ਕੀਤਾ ਹਨਾ ਪਰ ਮੈਨੂੰ ਲੱਗਦਾ ਹੁੰਦਾ ਉਹਨਾਂ ਨੇ ਔਰਤਾਂ ਨਾਲੋਂ ਜ਼ਿਆਦਾ ਇਸ ਕਿਰਦਾਰ ਨੂੰ ਨਿਭਾਇਆ ਆਪਣੀ ਬਹੁਤ ਕਮਾਲ ਨਾਲ ਤੇ ਮੈਂ ਜਦੋਂ ਗੁਲਾਬੋ ਫਿਰ ਜਦੋਂ ਮੈਡਮ ਦਾ ਗੁਲਾਬੋ ਕਰੈਕਟਰ ਦੇਖਿਆ ਸੀ ਮੈਡਮ ਨਿਰਮਲ ਰਿਸ਼ੀ ਦਾ ਹਨਾ ਤੇ ਮੈਨੂੰ ਇਹੀ ਲੱਗਿਆ ਵੀ ਯਾਰ ਇਹ ਤਾਂ ਕੋਈ ਸਾਡੀ ਬੇਬੇ ਆ ਤੇ ਕੋਈ ਸਾਡੀ ਹਨਾ ਚਾਚੀ ਤਾਈ ਬੋਲੀ ਜਾਂਦੀ ਆ ਵੀ ਕਿਵੇਂ ਐਂ ਬੋਲਦੀ ਆ ਹਨਾ ਬਸ ਉਹਨਾਂ ਚੀਜ਼ਾਂ 'ਚ ਸੁਣ ਉਹਨਾਂ ਨੂੰ ਸੁਣ ਕੇ ਆਪਦੇ ਆਲੇ ਦੁਆਲੇ ਦੇਖ ਕੇ ਤੇ ਜਿਹੜੇ ਮੇਰੇ ਨਾਨਕੇ ਪਰਿਵਾਰ ਦੀਆਂ ਜਿਹੜੀਆਂ ਮੇਰੀਆਂ ਮਾਮੀਆਂ ਨੇ ਇਹ ਸਾਰੀਆਂ ਹੀ ਬਠਿੰਡੇ ਵਾਲੀਆਂ ਨੇ ਮਾਨਸਾ ਵਾਲੀਆਂ ਨੇ ਹਨਾ ਇਹਨਾਂ ਦਾ ਬੋਲੀ ਇਹਨਾਂ ਦੀ ਬੋਲੀ ਦਾ ਮੈਨੂੰ ਤਾਂ ਮੇਰੇ ਤੇ ਜ਼ਿਆਦਾ ਅਸਰ ਹੁੰਦਾ ਅੱਛਾ ਕੁਛ ਕੋਈ ਬੋਲ ਕੇ ਦਿਖਾਓ ਸਾਨੂੰ 2 ਮਿੰਟ ਦੀ ਕੋਈ ਰਾਤ ਕੋੜੇ ਪਾਏ ਤੁਹਾਨੂੰ ਮੈਂ ਦੱਸਦੀ ਰਾਤ ਪਾਏ ਉਹਨਾਂ ਦੀ ਬਹੂ ਦਾ ਮਨਾਉਂਦੇ ਸੀਗੇ ਜਨਮ ਦਿਨ ਜਦੋਂ ਭਾਈ ਜਨਮ ਦਿਨ ਮਨਾਉਣ ਲੱਗੇ ਬਹੂ ਦੇ ਘੱਗਰੇ ਪਾਏ ਵੇ ਘੱਗਰੇ ਪਾਈ ਤੇ ਉੱਤੇ ਟੋਪੀ ਲਈ ਜਿਹੜੀ ਬਾਂਦਰ ਟੋਪੀ ਜਿਹੀ ਲੈਂਦੇ ਜਵਾਕਾਂ ਦੇ ਅੱਜ ਕੱਲ੍ਹ ਜਨਮਾਂ ਦਰਮਾਂ ਤੇ ਹੁੰਦੀਆਂ ਭੈਣੇ ਟੋਪੀ ਲੈ ਕੇ ਤੇ ਕੇਕ ਕੱਟੇ ਨੀ ਹੈੜ ਹੈੜ ਕਰਕੇ ਹੱਸੇ ਨਾ ਤਾਂ ਸਹੁਰੇ ਦੀ ਸ਼ਰਮ ਨਾ ਕਿਸੇ ਦੀ ਸ਼ਰਮ ਨੀ ਘੱਗਰੇ ਪਾ ਕੇ ਕਾਲੇ ਰੰਗ ਦੇ ਉੱਤੇ ਇੱਕ ਹੋਰ ਲਾਇਆ ਵਾ ਨੀ ਸਿਰ ਤੇ ਜੂੜਾ ਜਾ ਮੈਨੂੰ ਕਹਿੰਦੇ ਚਾਚੀ ਕੇ ਖਾ ਲਾ ਕੇ ਖਾ ਲਵਾ ਮੈਂ ਡੂਹਾ ਨੀ ਮਾਰਦੀ ਤੁਹਾਡੇ ਕੇ ਇੱਕ ਜਲਬ ਜੀ ਜਿਹੜੀ ਹੁੰਦੀ ਆ ਮੈਨੂੰ ਤਾਂ ਜਮਾ ਨਾ ਸਵਾਦ ਲੱਗੇ ਮੈਂ ਤਾਂ ਖਾ ਲਿਆ ਮੇਰੇ ਤੇ ਹਿੱਕ ਪੱਟੀ ਗਈ ਮੈਨੂੰ ਤਾਂ ਇੰਨੇ ਖੰਘ ਆਈ ਇੰਨੇ ਖੰਘ ਆਈ ਹਾਰ ਕੇ ਤੇਰੇ ਬਾਬੇ ਤੋਂ ਖੰਘ ਵਾਲੀਆਂ ਕਸਮਾਂ ਗਾਈਆਂ ਦਵਾਈਆਂ ਮੰਗਵਾਉਣਾ ਮੈਨੂੰ ਤਾਂ ਨੀ ਬਾਈ ਚੰਗਾ ਲੱਗਦਾ ਹੋ ਗਏ ਲੋਕ ਮਾਡਰਨ ਸਾਡੇ ਪੈਰ ਤਾਂ ਸਾਡੇ ਤਾਂ ਕਿਸੇ ਕੰਜਰ ਨੇ ਅੱਜ ਤੋਂ ਕੋਈ ਨੀ ਜਨਮ ਦਿਨ ਮਨਾਇਆ ਸਾਨੂੰ ਤਾਂ ਕੋਈ ਟੱਕ ਤੇ ਡੇਲਾ ਸਮਝਿਆ ਸਾਨੂੰ ਤਾਂ ਕਹਿੰਦੇ ਹੁਣ ਤੱਕ ਹੁਣ ਕਹਿੰਦਾ ਹੁੰਦਾ ਮੁੰਡਾ ਕਿ ਬੀਬ ਕੇ ਤੇਰਾ ਜਨਮ ਦਿਨ ਮਨਾਵਾਂਗੇ ਮੈਂ ਕਿਹਾ ਵੀ ਰਹਿਣ ਦੇ ਵੀ ਰਹਿਣ ਦੇ ਤੂੰ ਉੱਥੇ ਪਾਏਗਾ ਜਿਹੜਾ ਤੇਰਾ ਚੱਲਦਾ ਫੇਸਬੁੱਕ ਜਾਂ ਤੇ ਇੰਸਟਾਗ੍ਰਾਮ ਆਈਡੀ ਚੱਲਦੀ ਆ ਸਾਨੂੰ ਤੁਸੀਂ ਮੈਂ ਕਿੱਥੇ ਮੋਹ ਕਰਦੇ ਹੋ ਇਹੋ ਜਿਹਾ ਕੁਛ ਚੱਲ ਪਿਆ ਲੋਕ ਭਾਈ ਮਾਡਰਨ ਹੋ ਗਏ ਮਾਡਰਨ ਹੋ ਗਏ ਹਾਂ ਇਹ ਗੱਲ ਹੋ ਗਈ ਰਹਿਣਾ ਭੂਰੋ ਤੇ ਪੱਟੀ ਤੁਸੀਂ ਦੋਵੇਂ ਹਸਬੈਂਡ ਵਾਈਫ ਉਹ ਕਰਦੇ ਹੋ ਉਹ ਪਤਾ ਕੀ ਹੋਇਆ ਅਸੀਂ ਨਵੇਂ ਨਵੇਂ ਵਿਆਹੇ ਤੇ ਸ਼ਰਾਰਤਾਂ ਨੀ ਹਨਾ ਜਿਵੇਂ ਹੁੰਦਾ ਵੀ ਤੁਸੀਂ ਨਵੇਂ ਨਵੇਂ ਵਿਆਹੇ ਹੋ ਤੇ ਆਪਦੇ ਜਦੋਂ ਤੁਹਾਨੂੰ ਤੁਹਾਡੀ ਸੇਮ ਨਬਜ ਦਾ ਬੰਦਾ ਮਿਲ ਜਾਂਦਾ ਤੁਹਾਨੂੰ ਇਹ ਲੱਗਦਾ ਹੁੰਦਾ ਯਾਰ ਇਹ ਵੀ ਤਾਂ ਆਰਟਿਸਟ ਬੰਦਾ ਇਹ ਪਤਾ ਨੀ ਕਿੰਨਾ ਕੁਛ ਕਰਦਾ ਹੋਊਗਾ ਸਾਰਾ ਕੁਛ ਮੈਂ ਕਰਕੇ ਦਿਖਾ ਦਿਆਂ ਹਨਾ ਤੇ ਇਹ ਸ਼ੂਟ ਤੇ ਗਏ ਹੋਏ ਸੀ ਪਰਿੰਦੇ ਫਿਲਮ ਦਾ ਸ਼ੂਟ ਸੀ ਹਰਪ੍ਰੀਤ ਦਾ ਤੇ ਮੇਰੇ ਕੋਲ ਗੁੜੀਆ ਹੋਈ ਸੀ ਮੈਂ ਲੱਗਦਾ ਇਹਨੂੰ ਮਹੀਨਾ ਕੀ ਹੋਇਆ ਸੀ ਮੇਰੀ ਡਿਲੀਵਰੀ ਹੋਈ ਨੂੰ ਤੇ ਮੈਂ ਵੈਸੇ ਇਹਨਾਂ ਨੂੰ ਵੀਡੀਓ ਜੀ ਪਾ ਕੇ ਭੇਜਤੀ ਮੈਂ ਕਿਹਾ ਗੱਲ ਸੁਣ ਜੀ ਆਪ ਤਾਂ ਤੂੰ ਫਿਲਮਾਂ ਤੇ ਜਾ ਵੜਦਾ ਸੀ ਤੂੰ ਲੂੰਗ ਬੈਠ ਝਾਕੀ ਇੱਧਰ ਸਾਡੀ ਕੋਈ ਜ਼ਿੰਦਗੀ ਹੈ ਸਾਨੂੰ ਤਾਂ ਫਿਲਮਾਂ ਤੇ ਲੈ ਕੇ ਜਾ ਉੱਥੇ ਸੀਗੇ ਬਾਈ ਹਰਪ੍ਰੀਤ ਗੋਲੇ ਵਾਲੀ ਆ ਤੁਸੀਂ ਜਾਣਦੇ ਹੋਵੋਗੇ ਨਾ ਬਾਈ ਨੂੰ ਉੱਥੇ ਕਿਤੇ ਨਾਲ ਹੀ ਸੀਗੇ ਹਰਪ੍ਰੀਤ ਦੇ ਉਹ ਤੇ ਬਾਈ ਕਹਿੰਦੇ ਯਾਰ ਕੁਲਵਿੰਦਰ ਸੱਚੀ ਕਮਾਲ ਦੀ ਆਰਟਿਸਟ ਆ ਲੈ ਕਹਿੰਦੇ ਹੁਣ ਬੈਠੀ ਬੈਠੀ ਨੇ ਪਤਾ ਨੀ ਕੀ ਨਵਾਂ ਸੱਪ ਕੱਢਤਾ ਅੱਛਾ ਮੈਂ ਤਾਂ ਕਰੈਕਟਰ ਕਰਕੇ ਭੁੱਲ ਭੁੱਲ ਗਈ ਸੀ ਮੈਨੂੰ ਨੀ ਯਾਦ ਸੀਗਾ ਉਹ ਤੇ ਆ ਜਦੋਂ ਹੁਣ ਅਸੀਂ ਰੀਲਾਂ 2 ਮਹੀਨੇ ਪਹਿਲਾਂ ਇੱਥੇ ਰੀਲਾਂ ਬਣਾਈਆਂ ਸੀ ਅਸੀਂ ਆਪਾਂ ਸੇਮ ਲੋਕੇਸ਼ਨ 'ਤੇ ਬੈਠੇ ਹਾਂ ਤੇ ਮੈਨੂੰ ਕਹਿੰਦੇ ਆ ਕਿ ਇੱਥੇ ਸ਼ਰਾਰਤ ਜੀ ਕਰਦੀ ਕਰਦੀ ਮੈਂ ਬੁੱਲ ਜੀ ਪੁੱਠੇ ਐਂ ਕਰ ਲਿਆ ਨਾ ਮੈਨੂੰ ਕਹਿੰਦੇ ਚੱਲ ਇਹ 'ਚ ਆਪਾਂ ਉਹ ਕਰਦੇ ਹਾਂ ਵੀ ਪੂਰੋ ਤੂੰ ਇੰਸਟਾਗ੍ਰਾਮ ਚਲਾ ਲੈਂਦੀ ਹੈ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਤਾਂ ਰੋੜ ਕੇ ਲੈ ਜਾਂਦੀ ਉਹ ਬਹੁਤ ਲੋਕਾਂ ਨੇ ਉਹਨੂੰ ਉਹਦੇ 'ਤੇ ਰੀਲਾਂ ਬਹੁਤ ਬਣੀਆਂ 200+ ਰੀਲਾਂ ਬਣ ਚੁੱਕੀਆਂ ਨੇ ਉਹਦੇ 'ਤੇ ਤਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਨਾ ਅਤੇ ਬਸ ਜਦੋਂ ਤੁਸੀਂ ਆਰਟਿਸਟ ਹੁੰਦੇ ਹੋ ਤੁਹਾਡੀ ਜਿਹੜੀਆਂ ਸ਼ਰਾਰਤਾਂ ਉਹ ਤੁਹਾਡੀ ਉਹ ਬਣ ਜਾਂਦੀਆਂ ਅੱਛਾ ਜਿਵੇਂ ਇਹ ਸੋਸ਼ਲ ਮੀਡੀਆ ਦਾ ਦੌਰ ਹੈ
ਚੱਲਦੀਆਂ ਨੇ, ਕੰਟੈਂਟ ਕ੍ਰੀਏਟ ਕਰਦੇ ਹੋ ਤੁਸੀਂ, ਹੋਰ ਵੀ ਬਹੁਤ ਸਾਰੇ ਲੋਕ ਨੇ, ਕੁਛ ਕੁ ਲੋਕ ਤਾਂ ਇਹ ਨੇ ਜਿਹੜੇ ਜਿਨ੍ਹਾਂ ਨੂੰ ਥੀਏਟਰ ਵੀ ਨਹੀਂ, ਜਿਨ੍ਹਾਂ ਨੇ ਕੀਤਾ ਐਕਟਿੰਗ ਦੀ ਵੀ ਕੋਈ ਸਮਝ ਨਹੀਂ, ਕੋਈ ਫਿਲਮ ਲਾਈਨ ਦੀ ਸਮਝ ਨਹੀਂ, ਕੋਈ ਟੈਕਨੀਕਲ ਸਮਝ ਨਹੀਂ, ਹੈ ਨਾ, ਤੁਸੀਂ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਉਵੇਂ ਸਮਝ ਵੀ ਰੱਖਦੇ ਹੋ, ਤਾਂ ਜਿਵੇਂ ਜਦੋਂ ਤੁਸੀਂ ਕੋਈ ਕੰਟੈਂਟ ਪਾਉਂਦੇ ਹੋ, ਹੈ ਨਾ, ਤਾਂ ਜਿਹੜੇ ਲੋਕ ਤਾਂ ਤੁਹਾਨੂੰ ਜਾਣਦੇ ਉਹਨਾਂ ਨੂੰ ਪਤਾ ਵੀ ਤੁਸੀਂ ਇੱਕ ਆਰਟਿਸਟ ਦੇ ਤੌਰ 'ਤੇ ਨਿਭਾ ਰਹੇ ਹੋ, ਹੈ ਨਾ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਨੂੰ ਲੱਗਦਾ ਵੀ ਇਹ ਮਤਲਬ ਇੱਦਾਂ ਹੀ ਬੋਲ ਰਹੀ, ਇਹ ਵੀ ਕਰ ਰਹੇ ਆ ਜਾਂ ਓਵਰ ਐਕਟਿੰਗ, ਜਾਂ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਕਰੈਕਟਰ ਹੀ ਐਂ ਸਮਝਦੇ ਹੋਣਗੇ, ਫਿਰ ਕੋਈ ਇੱਦਾਂ ਦੇ ਕੋਈ ਨੈਗੇਟਿਵ ਕਮੈਂਟ ਜਾਂ ਕੋਈ ਇੱਦਾਂ ਦੇ ਆਉਂਦੇ ਆ ਵੀ ਕੁਛ ਲੋਕਾਂ ਵੱਲੋਂ ਕੋਈ ਗਲਤ ਟਿੱਪਣੀਆਂ ਆਉਂਦੀਆਂ ਹੋਣ। ਮੈਨੂੰ ਇਹ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਮੈਨੂੰ ਲੱਗਦਾ ਵੀ ਮੈਂ ਕੁੜੀ ਹਾਂ, ਹੈ ਨਾ, ਔਰਤ ਜਦੋਂ ਪਤਾ ਨਹੀਂ ਆਪਣੇ ਸਮਾਜ 'ਚ ਜਦੋਂ ਔਰਤ ਆਪਣੀ ਖੁੱਲ੍ਹ ਦਿਲੀ ਨਾਲ ਕੋਈ ਵੀ ਕੰਮ ਕਰਦੀ ਹੈ ਤਾਂ ਉਹਨੂੰ ਬਹੁਤ ਗਲਤ ਤਰੀਕੇ ਨਾਲ ਸਮਝਿਆ ਜਾਂਦਾ ਵੀ ਇਹ ਤਾਂ ਖਾਣੀ ਉਹ ਆਵਾਰਾ ਹੀ ਤੁਰੀ ਫਿਰਦੀ ਹੈ। ਸੌਰੀ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦੀ ਸੀ, ਪਰ ਇੱਦਾਂ ਦੇ ਕਮੈਂਟ ਆਉਂਦੇ ਨੇ, ਹੈ ਨਾ, ਜਿਨ੍ਹਾਂ ਨੂੰ ਪੜ੍ਹ ਕੇ ਸੱਚੀ ਇੱਕਦਮ ਤਾਂ ਦਿਲ 'ਚ ਬਹੁਤ ਦੁਖੀ ਹੁੰਦਾ। ਕਈ ਵਾਰੀ ਤਾਂ ਐਂ ਲੱਗਦਾ ਹੁੰਦਾ ਵੀ ਯਾਰ ਪੇਜਬੁੱਕ ਸਾਰਾ ਕੁਛ ਬੰਦ ਕਰ ਦੇ। ਹਾਂ, ਮਤਲਬ ਇੱਦਾਂ ਦੀ ਕਦੇ, ਹੈ ਨਾ, ਹੁੰਦਾ ਹੋਵੇ ਮਨ, ਬਹੁਤ ਹੱਦ ਤੱਕ ਗਿਰੇਵੇਂ ਕਮੈਂਟ ਆਉਂਦੇ ਨੇ ਜਿਹੜੀ ਮੈਂ ਤੇ ਸ਼ਬਦਾਵਲੀ ਬੋਲ ਕੇ ਵੀ ਨਹੀਂ ਦੱਸ ਸਕਦੀ, ਹੈ ਨਾ, ਪਰ ਉਹ ਕੁਛ ਕੁ ਲੋਕ ਹੀ ਹੁੰਦੇ ਨੇ, ਮਤਲਬ ਉਹ ਸਾਰੇ ਨਹੀਂ ਹੁੰਦੇ। ਮੈਂ ਨਹੀਂ, ਮੈਨੂੰ ਤਾਂ ਵੈਸੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਬਹੁਤ ਪਿਆਰ ਮਿਲ ਰਿਹਾ ਸੋਸ਼ਲ ਮੀਡੀਆ ਤੋਂ, ਪਰ ਉਹਨਾਂ 'ਚ ਤਿੰਨ ਤਿੰਨ ਚਾਰ ਹੀ ਹੁੰਦੇ ਨੇ ਅਤੇ ਉਹ ਦਿਮਾਗ ਖਰਾਬ ਕਰ ਦਿੰਦੇ ਨੇ, ਹੈ ਨਾ, ਜਦੋਂ ਮਤਲਬ ਵੀ ਮੈਨੂੰ ਲੱਗਦਾ ਵੀ ਉਹ ਔਰਤ ਦੀ ਖੁੱਲ੍ਹ ਦਿਲੀ ਤੋਂ ਦੁਖੀ ਨੇ, ਹੈ ਨਾ, ਉਹ ਸਾਡੇ ਕੰਮ ਕਰਨ ਤੋਂ ਦੁਖੀ ਨਹੀਂ ਹੈਗੇ, ਉਹਨਾਂ ਨੂੰ ਐਂ ਲੱਗਦਾ ਵੀ ਸਾਖ ਨਹੀਂ ਸਾਡੀਆਂ ਬੁੜੀਆਂ ਹੀ ਵਿਗਾੜ ਦੇਣਗੇ। ਹਾਂ ਵੀ ਸਾਡੀਆਂ ਵੀ ਨਾ ਐਂ ਕਰਨ ਲੱਗ ਜਾ ਵਿਗਾੜਨ ਵਾਲੀ। ਇਹਨਾਂ ਚੀਜ਼ਾਂ ਲਈ ਹੰਬਲਾ ਮਾਰਨਾ ਹੀ ਬਹੁਤ ਔਖਾ, ਕਿ ਤੁਸੀਂ ਚਾਹੇ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣੀ, ਖੁਸ਼ ਕਰਨਾ, ਹਸਾਉਣਾ, ਨਾ, ਕਿੱਡਾ ਔਖਾ, ਰਵਾਉਣਾ, ਤਾਂ ਤੁਹਾਨੂੰ ਆਪ ਖੁਸ਼ ਰਹਿਣਾ ਪੈਂਦਾ। ਜੇ ਤੁਸੀਂ ਆਪ ਖੁਸ਼ ਹੋ ਨਾ ਤੇ ਤੁਸੀਂ ਤਾਂ ਹੀ ਲੋਕਾਂ ਨੂੰ ਹਸਾ ਸਕਦੇ। ਬਿਲਕੁਲ, ਜੇ ਤੁਸੀਂ ਦੁਖੀ ਹੋ ਨਾ ਤਾਂ ਤੁਸੀਂ ਕਿਸੇ ਨੂੰ ਮਤਲਬ ਪਾਣੀ ਦੇ ਘੁੱਟ ਵੀ ਨਹੀਂ ਫੜਾ ਸਕਦੇ। ਤੇ ਅਸੀਂ ਜਿਹੜੇ ਮੇਰੇ ਹਸਬੈਂਡ ਆ ਨਾ ਉਹ ਆ ਬਹੁਤ, ਹੈ ਨਾ, ਤੁਸੀਂ ਗੁਰਪ੍ਰੀਤ ਤੋਂ ਤਿੰਨ ਜਾਣ, ਹਾਂਜੀ ਹਾਂਜੀ, ਉਹ ਮੇਰਾ ਦਿਓਰ ਆ, ਹੈ ਨਾ, ਉਹ ਕਿੰਨਾ ਅੱਛਾ ਕਮੇਡੀਅਨ ਆ, ਬਹੁਤ, ਤੇ ਫਿਰ ਅਸੀਂ ਐਕਟਰ ਵੀ ਚੰਗੇ ਆ, ਬਹੁਤ ਅੱਛੇ ਐਕਟਰ ਵੀ, ਤਾਂ ਐਕਟਰ ਤਾਂ ਕਮਾਲ ਆ, ਹੈ ਨਾ, ਤੇ ਜੇ ਅਸੀਂ ਖੁਸ਼ ਰਹਿੰਦੇ ਹੁੰਦੇ ਹਾਂ, ਪਹਿਲੇ ਪਹਿਲੀ ਗੱਲ ਸਾਡਾ ਤਾਂ ਇੱਕ ਨੇਮ ਜਿਹਾ ਬਣਿਆ ਹੋਇਆ ਵੀ ਘਰ 'ਚ ਵੀ ਕੋਈ ਗੱਲ ਨੈਗੇਟਿਵ ਕਰਨੀ ਨਹੀਂ ਹੈਗੀ। ਅੱਛਾ, ਅਸੀਂ ਆਪ ਖੁਸ਼ ਰਹਿੰਦੇ ਹਾਂ, ਕਿਉਂਕਿ ਜੇ ਤੁਸੀਂ ਖੁਸ਼ ਹੋਵੋਗੇ ਤਾਂ ਤੁਸੀਂ ਹਸਾ ਸਕਦੇ, ਜੇ ਤੁਸੀਂ ਦੁਖੀ ਨਾ ਤੁਸੀਂ ਫੇਰ ਹੀ ਤੁਹਾਡੇ ਅੰਦਰ ਉਹ ਚੀਜ਼, ਹਾਂ ਬਿਲਕੁਲ, ਉਹ ਜਿਹੜੀ ਵਾਈਬ ਜਿਹੜੀ ਤੁਹਾਡੇ ਅੰਦਰ ਹੋਊਗੀ ਫੇਰ ਹੀ ਕਨਵੇ ਹੁੰਦੀ ਆ, ਫੇਰ ਹੀ ਹੁੰਦੀ ਆ। ਤਾਂ ਪਹਿਲਾਂ ਆਪ ਖੁਸ਼ ਹੋਈਦਾ, ਹੈ ਨਾ, ਫਿਰ ਲੋਕਾਂ ਨੂੰ ਖੁਸ਼ ਕਰੀਦਾ, ਤੇ ਕਈ ਵਾਰੀ ਲੜ ਵੀ ਪੈਂਦੇ ਰੀਲਾਂ ਰੀਲਾਂ ਬਣਾਉਂਦੇ। ਅੱਛਾ, ਲੜਾਈਆਂ ਵੀ ਹੋ ਜਾਂਦੀਆਂ, ਮੈਂ ਵੀ ਪੁੱਛਣਾ ਹੀ ਸੀ ਤੁਹਾਨੂੰ। ਅਸੀਂ ਹੈਗੇ ਪ੍ਰੋਫੈਸ਼ਨਲ ਆਰਟਿਸਟ, ਹੈ ਨਾ, ਜਿੱਦਾਂ ਹੁੰਦੇ ਆਮ ਜਿਹੇ ਲੋਕ, ਫਿਰ ਤਾਂ ਕਹਿੰਦੇ ਚੱਲ ਯਾਰ ਤੂੰ ਆ ਬੋਲ ਤਾਂ ਮੈਂ ਆ ਬੋਲ ਦਿੰਦੀ ਹਾਂ, ਚੱਲ ਰੀਲ ਬਣੀ ਹੈ, ਹੈ ਨਾ। ਅੱਛਾ, ਅਸੀਂ ਕਈ ਵਾਰੀ ਯਾਰ ਤੂੰ ਆ ਡਾਇਲੋਗ ਗਲਤ ਬੋਲਿਆ, ਅਸਲੀ ਤੇ ਵੀ ਮਤਲਬ ਡਾਇਲੋਗ ਪਿੱਛੇ ਲੜ ਪਏ ਯਾਰ ਤੂੰ ਆਏ ਨਹੀਂ, ਤੂੰ ਆਏ ਬੋਲਣਾ ਸੀਗਾ, ਫਿਰ ਪਤਾ ਨਹੀਂ ਕਿੰਨੇ ਵਾਰੀ ਢਾ ਢਾ ਕੇ ਰੀਲਾਂ, ਫਿਰ ਇੱਕ ਫਾਈਨਲ ਰੀਲ ਫਾਈਨਲ ਕਰਦੇ ਹੋ, ਇੱਕ ਮਿੰਟ ਦੀ ਰੀਲ ਵਾਸਤੇ ਬਹੁਤ ਕੁਛ ਕਰ, ਕਾਫੀ ਟਾਈਮ ਲੱਗ ਜਾਂਦਾ ਹੈ, ਹੋਰ ਤਿੰਨ ਤਿੰਨ ਚਾਰ ਚਾਰ ਤਰੀਕੇ ਕੀ ਹੁੰਦੇ। ਇੱਕ ਜਿਹੜੀ ਮੈਨੂੰ ਤੁਹਾਡੀ ਉਹ ਗੱਲ ਬੜੀ ਵਧੀਆ ਲੱਗੀ, ਆਪਾਂ ਉਹਦੇ ਬਾਰੇ ਵੀ ਗੱਲ ਕਰੀਏ ਵੀ, ਜਿਵੇਂ ਠੇਠ ਭਾਸ਼ਾ ਦੀ ਗੱਲ ਕਰਦੇ ਹੋ, ਹੈ ਨਾ, ਤੁਸੀਂ ਵੀ ਪੰਜਾਬ ਦੇ ਵਿੱਚ ਨਾ ਮਾਂ ਬੋਲੀ ਨੂੰ ਲੈ ਕੇ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਚਲੋ ਕੌਨਸ਼ੀਅਸ ਹੈਗੇ ਆ, ਪਰ ਜਿਵੇਂ ਆਪਾਂ ਉੱਧਰਲੇ ਏਰੀਏ 'ਚ, ਤੁਸੀਂ ਵੀ ਚੰਡੀਗੜ੍ਹ ਜਾਂਦੇ ਹੋ, ਉੱਧਰਲੇ ਏਰੀਏ 'ਚ ਜਦੋਂ ਆਪਾਂ ਜਾਂਦੇ ਹਾਂ ਤਾਂ ਬਹੁਤ ਲੋਕਾਂ ਨਾਲ ਐਂ ਵੀ ਵਾਹ ਪੈਂਦਾ ਵੀ ਪੰਜਾਬੀ ਫੈਮਿਲੀਜ਼ ਨੇ, ਪੰਜਾਬੀ ਲੋਕ ਨੇ, ਪਰ ਪੰਜਾਬੀ ਬੋਲਣ ਤੋਂ ਹੀ ਸ਼ਰਮ ਮਹਿਸੂਸ ਕਰਦੇ ਆ। ਇਹਦਾ ਮੇਰੇ ਨਾਲ ਫੇਸਬੁੱਕ ਦੇ ਇੱਕ ਦੋਸਤ ਜੁੜੇ ਹੋਏ ਨੇ, ਉਹ ਬਹੁਤ ਅੱਛੀ ਪੰਜਾਬੀ ਲਿਖਦਾ ਉਹ ਮੁੰਡਾ, ਉਹ ਜ਼ਿਆਦਾ ਕਮੇਡੀ ਪੋਸਟਾਂ ਹੀ ਪਾਉਂਦਾ ਹੁੰਦਾ ਨਾ ਆਪਦੇ ਯਾਰਾਂ ਦੋਸਤਾਂ ਨੂੰ ਟੈਗ ਕਰਕੇ ਪਾਉਂਦਾ, ਉੱਥੇ ਕੈਬ ਦਾ ਕੰਮ ਕਰਦਾ, ਅਤੇ ਮੈਨੂੰ ਉਹਨੇ ਲਿਖਿਆ, ਉਹਨੇ ਬਾਕਾਇਦਾ ਲਿਖਿਆ, ਕਹਿੰਦਾ ਕਿ ਮੈਨੂੰ ਪੰਜਾਬੀ ਔਰਤ ਕਹਿੰਦੀ ਭਈਆ ਕਿੰਨੇ ਪੈਸੇ ਲਓਗੇ, ਹੈ ਨਾ, ਕੁਛ ਇੱਦਾਂ ਉਹਨੇ ਸ਼ਬਦ ਲਿਖਿਆ ਹੋਣਾ, ਬੋਲਿਆ ਹੋਣਾ, ਅਤੇ ਉਹਨੇ ਲਿਖਿਆ ਕਹਿੰਦਾ ਵੀ ਮੈਂ ਬਹੁਤ ਸੋਚਿਆ ਵੀ ਮੈਂ ਪੰਜਾਬੀ ਬੰਦਾ ਇੱਕ ਮਾਲਵੇ ਦੇ ਪਿੰਡ 'ਚ ਉੱਠ ਕੇ ਕੈਬ ਦਾ ਕੰਮ ਕਰਦਾ, ਤੁਸੀਂ ਪੰਜਾਬੀ ਫੈਮਿਲੀ 'ਚੋਂ ਚੰਗੀ ਭਲੀ ਪੰਜਾਬੀ ਜਾਣਦੇ ਹੋ, ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ, ਹੈ ਨਾ, ਅਤੇ ਮੈਂ ਸੱਚੀ ਕਹਿੰਦੀ ਹਾਂ ਮੈਂ ਨਾ ਹੋਰ ਠੇਠ ਹੋਈ ਜਾਂਦੀ ਹਾਂ, ਮੈਂ ਠੇਠ ਤਾਂ ਹੋ ਰਹੀ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ, ਇਹ ਮੇਰਾ ਹੀ ਮੰਨਣਾ, ਹੋ ਸਕਦਾ ਇੱਦਾਂ ਨਾ ਹੋਵੇ ਵੀ ਮੇਰੀ ਕਿਤੇ ਪੰਜਾਬੀ ਖੁਸ ਨਾ ਜਾਵੇ, ਹੈ ਨਾ, ਸਾਡੀ ਪੰਜਾਬੀ 'ਚੋਂ ਕਿਤੇ ਇੰਨਾ ਕਿ 'ਚ ਮਾਡਰਨਾਈਜੇਸ਼ਨ ਇੰਨੀ ਕੁ ਨਾ ਵੱਜੇ ਕਿ ਹੁਣ ਮੈਂ ਵੀ ਤਾਂ ਅੰਗਰੇਜ਼ੀ ਸ਼ਬਦ ਬੋਲਿਆ, ਪੜ੍ਹੇ ਲਿਖੇ ਵੀ ਆ ਨਾ ਆਪਾਂ ਤਾਂ
पर जिन्नी ठेठ ता जिवें मैं थोड़ी गल करदी आ तुसीं वीडियो बनाउंदे जिन्ना ठेठ बोलण दा ढंग जा ओह तां जमे ही नहीं ओह तां हुण है ही नहीं रिहा ही नहीं बहुत घट गया ओह तां सिर्फ आ जिहड़ियां रूट लैवल ते अपणियां लेडीज़ आ मम्मी इन्हां च रह गया नवीं पीढ़ी च तां है नहीं ओह ਤੇ ਨਾ ਹੀ ਆਪਾਂ ਉਹ ਜਿਹੀ ਮੰਮੀ ਆ ਮੈਨੂੰ ਲੱਗਦਾ ਹੁੰਦਾ ਜਿਵੇਂ ਹੁਣ ਅਸੀਂ ਫੋਨਾਂ ਤੇ ਲੱਗੇ ਹੋਏ ਆ ਨਾ ਤੇ ਨਾ ਹੀ ਅਸੀਂ ਉਹ ਜਿਹੀ ਮੰਮੀਆਂ ਰਹਿ ਗਈਆਂ ਹੁਣ ਮਾਡਰਨ ਮੰਮੀਆਂ ਹੋ ਗਈਆਂ ਆਪਾਂ ਬੱਚਿਆਂ ਨੂੰ ਵੀ ਸਮਾਂ ਦੇਣਾ ਆਪਾਂ ਫੋਨ ਨੂੰ ਵੀ ਸਮਾਂ ਦੇਣਾ ਤੇ ਨਹੀਂ ਪਰ ਮੈਂ ਇਹ ਚਾਹੁੰਦੀ ਹਾਂ ਕਿ ਮੈਂ ਜਿੰਨਾ ਚਿਰ ਵੀ ਮੈਂ ਜਾਂਦੀ ਰਹਾਂ ਜਿੰਨਾ ਚਿਰ ਵੀ ਮੈਂ ਇਸ ਆਪਦੇ ਫੀਲਡ ਨਾਲ ਜੁੜੀ ਰਹਾਂ ਚਾਹੇ ਰੰਗ ਮੰਚ ਆ ਚਾਹੇ ਐਜ਼ ਏ ਕਮੇਡੀਅਨ ਚਾਹੇ ਮੈਂ ਐਜ਼ ਏ ਸਿੰਗਰ ਵੀ ਕੰਮ ਕਰਾਉਣ ਵਾਲੇ ਸਮੇਂ 'ਚ ਤੇ ਜਿਹੜੀ ਮੇਰੀ ਭਾਸ਼ਾ ਉਹ ਠੇਠ ਹੋਵੇ ਚਾਹੇ ਮੈਨੂੰ ਕੋਈ ਅਨਪੜ੍ਹ ਵੀ ਕਵੇ ਤੈਨੂੰ ਆਏ ਵੀ ਕਵੇ ਤੈਨੂੰ ਬੋਲਣਾ ਨਹੀਂ ਆਉਂਦਾ ਤੈਨੂੰ ਅਕਲ ਨਹੀਂ ਬੋਲਣ ਦੀ ਹੈ ਨਾ ਮੈਂ ਇਹ ਚੀਜ਼ਾਂ ਨਾਲ ਨਹੀਂ ਮੈਨੂੰ ਮੇਰੀ ਠੇਠ ਤਾਂ ਨਹੀਂ ਮੈਂ ਛੱਡਣਾ ਚਾਹੁੰਦੀ ਮੈਂ ਆਪਦਾ ਮਲਵਈ ਪੁਣਾ ਨਹੀਂ ਛੱਡਣਾ ਚਾਹੁੰਦੀ ਬਹੁਤ ਸਾਰੇ ਲੋਕ ਇਹੋ ਜਿਹੇ ਕਮੈਂਟ ਕਰਦੇ ਨੇ ਕਹਿੰਦੇ ਆ ਤਾਂ ਜਮਾਂ ਠੇਠ ਮਲਵੈਣਾ ਹੋ ਸਕਦਾ ਉਹ ਪੁਆਧ ਦੇ ਹੋਣ ਹੋ ਸਕਦਾ ਉਹ ਦੁਆਬੇ ਦੇ ਹੋ ਸਕਦਾ ਮਾਝੇ ਦੇ ਹੋਣ ਤੇ ਜਦੋਂ ਕੋਈ ਸਪੈਸ਼ਲੀ ਕਹਿੰਦਾ ਨਜ਼ਾਰਾ ਆ ਗਿਆ ਠੇਠ ਮਲਵੈਣ ਨੂੰ ਨਾ ਸੁਣ ਕੇ ਹੈ ਨਾ ਤਾਂ ਬਹੁਤ ਅੱਛਾ ਲੱਗਦਾ ਗਾ ਕਿ ਵੀ ਚਲੋ ਯਾਰ ਅਸੀਂ ਆਪਦੀ ਬੋਲੀ ਨਾ ਛੱਡੀਏ ਹੋ ਸਕਦਾ ਮੈਂ ਬੋਲ ਚਾਲ 'ਚ ਮੈਂ ਅੰਗਰੇਜ਼ੀ ਦੇ ਕੁਛ ਸ਼ਬਦ ਯੂਜ਼ ਕਰਦੀ ਹਾਂ ਵਾਂ ਪਰ ਜਦੋਂ ਮੈਂ ਐਕਟ ਕਰਦੀ ਹੁੰਦੀ ਹਾਂ ਉਦੋਂ ਮੇਰੀ ਮਤਲਬ 100% ਕੋਸ਼ਿਸ਼ 100% ਮੈਂ ਇਹੀ ਸੋਚਦੀ ਹੁੰਦੀ ਹਾਂ ਇਹੀ ਮੈਂ ਇਸ ਹਿਸਾਬ ਨਾਲ ਗੱਲ ਕਰਦੀ ਹਾਂ ਕਿ ਮੈਂ ਉਹ ਸ਼ਬਦ ਬੋਲਾਂ ਹੈ ਨਾ ਜਿਹੜੇ ਸਾਡੇ ਮਲਵਈ ਦੇ ਮਲਵਈ ਹਿੱਸੇ ਦੇ ਜਿਹੜੇ ਸਾਡੇ ਖਿੱਤੇ ਦੇ ਜਿਹੜੇ ਸਾਡੇ ਸ਼ਬਦ ਨੇ ਹੈ ਨਾ ਜਿਵੇਂ ਤੂੰ ਘਟੂਆ ਮਰਾਉਣਾ ਕਿਸੇ 'ਚ ਘਟੂਆ ਮਰਾਉਣਾ ਇਹ ਸ਼ਬਦ ਹੈ ਨਾ ਕਿੰਨਾ ਵਧੀਆ ਸ਼ਬਦ ਹੈ ਤੇ ਹੋਰ ਬਹੁਤ ਸਾਰੇ ਸ਼ਬਦ ਨੇ ਹੁਣ ਜਿਹੜੇ ਨਹੀਂ ਆ ਰਹੇ ਹੈ ਪਰ ਜਦੋਂ ਮੈਂ ਕੰਟੈਂਟ ਬਣਾ ਰਹੀ ਹੁੰਦੀ ਹਾਂ ਜਾਂ ਮੈਂ ਕੁਛ ਬੋਲ ਰਹੀ ਹੁੰਦੀ ਹਾਂ ਉਦੋਂ ਮੈਂ ਉਹ ਸ਼ਬਦ ਮੈਂ ਯੂਜ਼ ਕਰਦੀ ਹੁੰਦੀ ਹਾਂ ਤੇ ਬਸ ਮੈਨੂੰ ਇਹੀ ਫਿਕਰ ਹੈ ਕਿ ਮੈਥੋਂ ਮੇਰੀ ਪੰਜਾਬੀ ਨਾ ਖੁੱਸ ਜਾਈਏ ਅਸੀਂ ਇੰਨੇ ਕੁ ਮਾਡਰਨ ਆ ਅਸੀਂ ਇੰਨੇ ਗਲੋਬਲਾਈਜ਼ ਨਾ ਹੋ ਜਾਈਏ ਕਿ ਸਾਡੀ ਪੰਜਾਬੀ ਖੁੱਸ ਜਾਈਏ ਸਾਡੇ ਤੋਂ ਤੇ ਮੈਂ ਮੇਰੀ ਕੁੜੀ ਵੀ ਜਮਾਂ ਦੇਸੀ ਬੋਲਦੀ ਮੰਮਾ ਮੈਂ ਤੂੰ ਕੀ ਕਰਦੀ ਹਾਂ ਮੰਮੀ ਤੂੰ ਆਏ ਕਰ ਲੈ ਪਰ ਉਹਦੀ ਮੈਂ ਤੂੰ ਤਾਂ ਕੱਢਣੀ ਆ ਉਹਦੇ ਚੋਂ ਪਰ ਮੈਂ ਇਹ ਚਾਹੁੰਦੀ ਹਾਂ ਵੀ ਉਹਦੀ ਪੰਜਾਬੀ ਨਾ ਖੁੱਸੇ ਮੈਨੂੰ ਇਹ ਹੈ ਵੀ ਕਿ ਵੱਡੀ ਹੋ ਰਹੀ ਹੈ ਬੱਚੇ ਦੇ ਉਹਨੇ ਸੋਸ਼ਲ ਹੋਣਾ ਬੱਚੇ ਨੇ ਹਨਾ ਉਹਦੇ ਤੇ ਬਹੁਤ ਸਾਰੀਆਂ ਲੈਂਗੁਏਜ ਉਹਨੇ ਅਡਾਪਟ ਕਰਨੀਆਂ ਹਨਾ ਬਸ ਆਪਦਾ ਪੰਜਾਬੀ ਨਾ ਭੁੱਲੇ ਮੈਂ ਤਾਂ ਹੁਣ ਜੇ ਅਸੀਂ ਚੰਡੀਗੜ੍ਹ ਵੀ ਸ਼ਿਫਟ ਹੁੰਦੇ ਹਾਂ ਕੱਲ੍ਹ ਨੂੰ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਹੈ ਕਿ ਪੁੱਤ ਪੰਜਾਬੀ ਨਾ ਛੱਡੀ ਅੰਗਰੇਜ਼ੀ ਹਿੰਦੀ ਇਹ ਤਾਂ ਆਪਣੀਆਂ ਮਾਸੀਆਂ ਨੇ ਇਹ ਵੀ ਨਾਲ ਨਾਲ ਰੱਖਾਂਗੇ ਪਰ ਆਪਦੀ ਆਪਦੀ ਮਾਂ ਨੂੰ ਨਹੀਂ ਛੱਡਣਾ ਅੱਛਾ ਗੁਰਵਿੰਦਰ ਗੱਲਾਂ ਬਹੁਤ ਹੋ ਗਈਆਂ ਸਮਾਂ ਵੀ ਵੈਸੇ ਬਹੁਤ ਹੋ ਗਿਆ ਤੇ ਆਉਣ ਵਾਲਾ ਮੈਂ ਕੀ ਤੁਹਾਡੇ ਪਲਾਨਸ ਨੇ ਐਜ਼ ਆ ਆਰਟਿਸਟ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਿਵੇਂ ਦਾ ਮਤਲਬ ਪਲਾਨ ਕੀ ਕਰ ਰਹੇ ਹੋ ਕੁਛ ਨਵਾਂ ਕੰਟੈਂਟ ਜਾਂ ਕਿਵੇਂ ਨਵਾਂ ਮੈਨੂੰ ਇਹ ਹੈ ਕਿ ਜਿਵੇਂ ਜਿਵੇਂ ਫਿਲਮਾਂ ਕਰ ਰਹੇ ਹਾਂ ਨਾ ਚਲੋ ਠੀਕ ਹੈ ਹਜੇ ਉਵੇਂ ਪਛਾਣ ਨਹੀਂ ਬਣੀ ਪਰ ਥੋੜ੍ਹੇ ਦੇ ਜੇ ਕਹਿੰਦੇ ਸਾਗਰ ਆਪਾਂ ਮਿਹਨਤ ਕਰ ਰਹੇ ਹਾਂ ਇਸ ਤੋਂ ਇਲਾਵਾ ਗੁਰਪ੍ਰੀਤ ਤੋਤੀ ਜਿਹੜਾ ਮੇਰਾ ਦਿਓਰ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਨਾ ਕਿਉਂਕਿ ਅਸੀਂ ਫਿਲਮ ਲਾਈਨ 'ਚੋਂ ਹੀ ਸਾਰੇ ਹੈ ਨਾ ਹੁਣ ਬਿਲੋਂਗ ਕਰਦੇ ਕਰਕੇ ਇਸ ਲਾਈਨ 'ਤੇ ਹੈ ਨਾ ਸਾਰੇ ਜੁੜੇ ਕਰਕੇ ਤਾਂ ਉਹਦੀ ਆਪਣੀ ਲਿਖੀ ਫਿਲਮ ਆ ਰਹੀ ਹੈ ਬੱਲੇ ਉਹ ਚਲਾਕ ਸੱਜਣਾ ਅਤੇ ਜਿਹਦੇ ਵਿੱਚ ਚਲੋ ਸਾਡਾ ਘਰ ਦਾ ਕੰਮ ਹੈਗੇ ਨੇ ਇਹ ਸਾਡਾ ਘਰ ਦਾ ਕੰਮ ਸੀਗਾ ਅਤੇ ਉਹਦੇ ਕਰਕੇ ਮੈਂ ਉਹਦੇ 'ਚ ਐਕਟ ਤਾਂ ਨਹੀਂ ਕਰ ਪਾਈ ਇੱਕ ਛੋਟਾ ਜਿਹਾ ਸੀਨ ਹੀ ਕੀਤਾ ਮੈਂ ਕਿਉਂਕਿ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੀ ਕਿਉਂਕਿ ਫਿਲਮ ਆਪਦੇ ਇਲਾਕੇ ਸ਼ੂਟ ਕਰ ਰਹੇ ਸੀ ਇੱਥੇ ਕੋਟਕਪੂਰੇ ਦੇ ਪਿੰਡ ਨੇੜੇ ਸਿਵੀਆਂ ਹੀ ਪੈਂਦਾ ਗਾ ਉੱਥੇ ਕਰ ਰਹੇ ਸੀ ਪੰਜ ਗ੍ਰਾਈ ਦੇ ਨੇੜੇ ਅਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੀਗੀਆਂ ਕਿਉਂਕਿ ਜਦੋਂ ਤੁਸੀਂ ਕਿਉਂਕਿ ਉਹ ਸਾਡਾ ਜਦੋਂ ਤੁਸੀਂ ਬੱਚੇ ਨੂੰ ਜਨਮ ਦਿੰਦੇ ਹਾਂ ਤਾਂ ਮੈਨੂੰ ਲੱਗਦਾ ਉਦੋਂ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ ਉਦੋਂ ਸਾਰੇ ਇਕੱਠੇ ਹੋ ਜਾਂਦੇ ਉਹ ਅੱਗੇ ਅੱਗੇ ਪਿੱਛੇ ਕੋਈ ਆਵੇ ਚਾਹੇ ਨਾ ਆਵੇ ਹੈ ਨਾ ਤਾਂ ਸਾਡੇ ਲਈ ਉਹ ਸੀਗਾ ਕਿ ਅਸੀਂ ਉਹ ਨਵੀਂ ਕਹਾਣੀ ਨੂੰ ਜਨਮ ਦਿੱਤਾ ਫਿਰ ਉਹਨੂੰ ਪਰਦੇ 'ਤੇ ਲੈ ਕੇ ਆਉਣਾ ਉਹਦੇ ਲਈ ਨਾ ਭੱਜ ਨੱਠ ਕਰਨੀ ਤਾਂ ਸਾਡੀ ਸਾਰੀ ਫੈਮਿਲੀ ਇਨਵੋਲਵ ਰਹੀ ਉਹਦੇ ਵਿੱਚ ਬਾਈ ਰਾਜ ਝਿੰਜਰ ਜੀ ਬਾਈ ਵਿਕਰਮ ਚੌਹਾਨ ਮਲੀਨਾ ਸੋਢੀ ਅਤੇ ਮੈਡਮ ਹਰਸ਼ਜੋਤ ਦੂਰ ਹੈ ਨਾ ਉਹ ਇਸ ਫਿਲਮ 'ਚ ਜਿਹੜੇ ਮੇਨ ਉਹ ਕਰੈਕਟਰ ਕਰ ਰਹੇ ਨੇ ਇਸ ਤੋਂ ਇਲਾਵਾ ਮੈਡਮ ਨਿਰਮਲ ਰਿਸ਼ੀ ਜੀ ਸਤਿਕਾਰਯੋਗ ਮੈਡਮ ਰੁਪਿੰਦਰ ਰੂਪੀ ਜੀ ਮੈਡਮ ਪਰਮਿੰਦਰ ਬਰਨਾਲਾ ਜੀ ਪ੍ਰਕਾਸ਼ ਗਾਧੂ ਜੀ ਅਤੇ ਹੋਰ ਵੀ ਚੰਡੀਗੜ੍ਹ ਦੇ ਬਹੁਤ ਸਾਰੇ ਆਰਟਿਸਟ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਫਿਲਮ 'ਚ ਸਾਡੇ ਪਹਿਲੇ ਬੋਲਤੀ ਆ ਗਏ ਸੀਗੇ ਅਤੇ ਇਸ ਤੋਂ ਇਲਾਵਾ ਸ਼ੋਰਟ ਫਿਲਮਾਂ ਵੀ ਕਰ ਰਹੀ ਹਾਂ ਜਿਵੇਂ ਅੱਛੇ ਕੰਸੈਪਟ ਮਿਲ ਰਹੇ ਨੇ ਹੈ ਨਾ ਅਤੇ ਸਾਡੀ ਅਗਲੀ ਟੀਮ ਹੀ ਬੱਲੇ ਉਹ ਚਲਾਕ ਸੱਜਣਾ ਦੀ ਅਗਲੀ ਫਿਲਮ ਲੈ ਕੇ ਆ ਰਹੀ ਹੈ ਅਗਲੀ ਉਹੀ ਟੀਮ ਆ ਅਗਲੀ ਫਿਲਮ ਲੈ ਕੇ ਆ ਰਹੀ ਆ ਅੱਕੜ ਬੱਕੜ ਬੰਬੇ ਬੋਸੀ ਨੱਬੇ ਪੂਰੇ ਸੌ ਉਹਦੇ ਉਹਦਾ ਵੀ ਸ਼ੂਟ ਤੁਸੀਂ ਹੁਣ ਕਰਕੇ ਆਏ ਹੋ ਰਾਈਟਰ ਹੈਗੇ ਨੇ ਉਹਦੇ ਰਾਇਲ ਸਿੰਘ ਅਤੇ ਨਿਰਦੇਸ਼ਕ ਵੀ ਉਹੀ ਨੇ ਅਤੇ ਭਾਜੀ ਪਰਮ ਸਿੱਧੂ ਜਿਹੜੇ ਕਿ ਕੈਨੇਡਾ ਤੋਂ ਨੇ ਉਹ ਇਸ ਫਿਲਮ ਦੇ ਪ੍ਰੋਡਿਊਸਰ ਨੇ ਉਹਨਾਂ ਨੇ ਬੱਲੇ ਉਹ ਚਲਾਕ ਸੱਜਣਾ ਦੀ ਉਹਨਾਂ ਨੇ ਇਹ ਅਗਲੀ ਫਿਲਮ ਪ੍ਰੋਡਿਊਸ ਕਰ ਰਹੇ ਨੇ ਇਸ ਫਿਲਮ ਵਿੱਚ ਹੀ ਮੇਰਾ ਅੱਛਾ ਕਰੈਕਟਰ ਹੈਗਾ
ਹਾਰਰ ਕਾਮੇਡੀ ਫਿਲਮ ਹੈਗੀ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬਹੁਤ ਮਿਹਨਤ ਕਰ ਰਹੇ ਨੇ ਉਹ ਕਿਉਂਕਿ ਪੰਜਾਬੀ ਵਿੱਚ ਹਾਰਰ ਕਾਮੇਡੀ ਫਿਲਮਾਂ ਨਹੀਂ ਬਣਦੀਆਂ ਨਹੀਂ ਬਣੀਆਂ ਤੇ ਬਸ ਉਹ ਤਾਂ ਸਾਡੀ ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਉਹ 'ਚ ਮੈਡਮ ਗੁਰਪ੍ਰੀਤ ਭੰਗੂ ਮੈਡਮ ਪਰਮਿੰਦਰ ਬਰਨਾਲਾ ਮੈਂ ਮੈਡਮ ਅਮਰ ਨੂਰੀ ਜੀ ਤੇ ਵਿਕਰਮ ਚੌਹਾਨ ਫਿਰ ਉਹ ਆ ਰਹੇ ਨੇ ਤੇ ਬਹੁਤ ਅੱਛਾ ਕੰਸੈਪਟ ਬਣ ਰਿਹਾ ਤੇ ਹਾਰਰ ਕਾਮੇਡੀ ਮੂਵੀ ਹੋਊਗੀ ਤੇ ਦਰਸ਼ਕ ਜ਼ਰੂਰ ਪਸੰਦ ਕਰਨਗੇ ਤੇ ਸਾਡੀ ਆਪਦੀ ਫਿਲਮ ਬੱਲੇ ਉਹ ਚਲਾਕ ਸੱਜਣਾ ਤੇ ਉਹਨੂੰ ਵੀ ਤੁਸੀਂ ਬਹੁਤ ਛੇਤੀ ਰਿਲੀਜ਼ ਕਰਾਂਗੇ ਵੱਡੇ ਪਰਦੇ ਤੇ ਬਸ ਪਿਆਰ ਕਰਿਓ ਉਹਨੂੰ ਜ਼ਰੂਰ ਜ਼ਰੂਰ ਸੋ ਆਜ਼ਾਦ ਟੀਵੀ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਜਲਦੀ ਜਲਦੀ ਤੁਸੀਂ ਸੋਸ਼ਲ ਮੀਡੀਆ 'ਤੇ ਪੂਰੇ ਫੇਮਸ ਹੋਵੋ ਵਾਇਰਲ ਹੋਵੋ ਹੋਰ ਜ਼ਿਆਦਾ ਜ਼ਿਆਦਾ ਤੁਹਾਡੇ ਨਾਲ ਲੋਕ ਜੁੜਨ ਅਤੇ ਆਪਾਂ ਫਿਰ ਇੰਟਰਵਿਊ ਕਰੀਏ ਇੱਕ ਹੋਰ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ